ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉਂ ਗੋਰੀ ਬੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਦੇਸਾਲਾ ਤਾਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋ ਪਾਰ ਬਾਰ ਜਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸਦਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜਤਨ ਅਨੇਕ ਵਿਚਾਰ ਕੈ ਭੀਮ ਚੰਦ ਗਿਰ ਰਾਏ ਮਾਨਿਓ ਮੰਤਰ ਵਜ਼ੀਰ ਕੋ ਔਰ ਨ੍ਰਿਪਨ ਸੁਮਦਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਆਪ ਜੀ ਗੁਰੂ ਸਾਹਿਬਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੁਭਾਏਮਾਨ ਹੋ ਕੇ ਸੰਧਿਆ ਦੇ ਦੀਵਾਨਾਂ ਵਿੱਚ ਅੰਮ੍ਰਿਤਮਈ ਗੁਰੂ ਕੀ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਸੀ ਸੋਦਰ ਰਾਜ ਸਾਹਿਬ ਜੀ ਦੇ ਪਾਠ ਉਪਰੰਤ ਸਤਿਕਾਰਯੋਗ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਜਥੇ ਪਾਸੋਂ ਗੁਰੂ ਕੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਔਰ ਛੋਟੇ ਭੁਜੰਗੀ ਸਿੰਘਾਂ ਨੇ ਦਸਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸੰਗੀਤ ਭੁਜੰਗ ਪ੍ਰਯਾਤ ਛੰਦ ਸੰਗਤਾਂ ਨੂੰ ਸਰਵਣ ਕਰਾਇਆ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਗੁਰੂ ਕੀਆਂ ਸੰਗਤਾਂ ਰੋਜ਼ ਗੁਰੂ ਚਰਨਾਂ 'ਚ ਸੁਭਾਏਮਾਨ ਹੋ ਕੇ ਸਰਵਣ ਕਰਦੀਆਂ ਹਨ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਉਂਟਾ ਸਾਹਿਬ ਵਿੱਚ ਬਿਰਾਜਮਾਨ ਹਨ ਰਾਜਾ ਭੀਮ ਚੰਦ ਕਹਿਲੂਰ ਦਾ ਰਾਜਾ ਬਾਈ ਧਾਰ ਦੇ ਰਾਜਿਆਂ ਨੂੰ ਨਾਲ ਲੈ ਕੇ ਆਪਣੇ ਪੁੱਤਰ ਦੀ ਬਰਾਤ ਸਜਾ ਕੇ ਚੜ੍ਹਿਆ ਹੈ ਔਰ ਜਦੋਂ ਨਾਹਣ ਟੱਪਿਆ ਹੈ ਤਾਂ ਇਸ ਨੂੰ ਪਤਾ ਲੱਗਾ ਕਿ ਜਿਸ ਰਸਤੇ ਥਾਣੀ ਅਸੀਂ ਲੰਘਣਾ ਉਸ ਘਾਟ ਦੇ ਉੱਤੇ ਜਮੁਨਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਿਲ੍ਹਾ ਹੈ ਉਹਨਾਂ ਦੀ ਛਾਉਣੀ ਹੈ
ਤੇ ਉਹ ਮੈਨੂੰ ਲੰਘਣ ਨਹੀਂ ਦੇਣਗੇ। ਉਹਨੇ ਆਪਣੇ ਵਜ਼ੀਰ ਨੂੰ ਗੁਰੂ ਸਾਹਿਬ ਵੱਲ ਭੇਜਿਆ ਕਿ ਸਾਨੂੰ ਰਸਤਾ ਦੇ ਦਿਓ। ਸਤਿਗੁਰੂ ਕਹਿਣ ਲੱਗੇ ਜੇ ਤਾਂ ਬਰਾਤੀ ਬਣ ਕੇ ਆਉਂਦਾ ਤੇ ਕੋਈ ਰੁਕਾਵਟ ਨਹੀਂ ਸੀ, ਪਰ ਰਾਜੇ ਨੇ ਨਾਲ ਫੌਜਾਂ ਲਿਆਂਦੀਆਂ ਹਨ, ਬਈ ਅਸੀਂ ਗੁਰੂ ਸਾਹਿਬ ਦਾ ਡੇਰਾ ਲੁੱਟਾਂਗੇ, ਗੁਰੂ ਨਾਲ ਜੰਗ ਕਰਾਂਗੇ। ਤੇ ਮਹਾਰਾਜ ਕਹਿੰਦੇ ਫਿਰ ਜੰਗ ਕਰਕੇ ਹੀ ਲੰਘਣ, ਐਵੇਂ ਕਿਵੇਂ ਲੰਘ ਜਾਣਗੇ। ਕਹਿਣ ਲੱਗੇ ਨਹੀਂ ਮਹਾਰਾਜ, ਅਸੀਂ ਤਾਂ ਤੁਹਾਡੇ ਸੇਵਕ ਹਾਂ, ਆਉਂਦਿਆਂ ਇੱਕ ਵਾਰੀ ਸਾਨੂੰ ਲੰਘ ਜਾਣ ਦਿਓ, ਆਉਂਦਿਆਂ ਚਰਨਾਂ 'ਚ ਮੱਥਾ ਵੀ ਟੇਕਾਂਗੇ ਤੇ ਗੁਰੂ ਘਰ ਦੀ ਸੁੱਖਣਾ ਵੀ ਤਾਰਾਂਗੇ। ਸੁੱਖਣਾ ਦਾ ਮਤਲਬ ਇਹ ਸੀ ਵੀ ਤੁਹਾਨੂੰ ਵੇਖਾਂਗੇ ਵੀ ਤੁਸੀਂ ਰਸਤਾ ਕਿਵੇਂ ਰੋਕਿਆ ਹੈ। ਸਤਿਗੁਰੂ ਕਹਿੰਦੇ ਜਿਹੜੀ ਸੁੱਖਣਾ ਆ ਕੇ ਤਾਰਨੀ ਹੈ, ਇੰਨਾ ਚਿਰ ਉਧਾਰ ਚੁੱਕੀ ਫਿਰੋਗੇ ਸਿਰ ਦੇ ਉੱਤੇ, ਉਹ ਜਾਂਦਿਆਂ ਉਧਾਰ ਕੇ ਹੀ ਜਾਓ। ਯਾਨੀ ਜਿਹੜਾ ਤੁਸੀਂ ਆ ਕੇ ਸਾਡੇ ਨਾਲ ਜੰਗ ਯੁੱਧ ਕਰਨਾ ਹੁਣੇ ਕਰ ਲਓ। ਸੋ ਸੱਚੇ ਪਾਤਸ਼ਾਹ ਦਾ ਜਵਾਬ ਸੁਣ ਕੇ ਭੀਮ ਚੰਦ ਰਾਜਾ ਅਤੇ ਉਹਦੇ ਸਾਥੀ ਸੋਚਾਂ 'ਚ ਪੈ ਗਏ। ਪਹਿਲਾਂ ਤਾਂ ਵਾਹਵਾ ਤੱਤੇ ਠੰਡੇ ਹੋਏ ਵੀ ਅਸੀਂ ਗੁਰੂ ਨਾਲ ਲੜ ਕੇ ਲੰਘ ਚੱਲਦੇ ਹਾਂ, ਪਰ ਰਾਜਾ ਭੀਮ ਚੰਦ ਨਹੀਂ ਮੰਨਿਆ, ਉਹਦਾ ਵਜ਼ੀਰ ਨਹੀਂ ਮੰਨਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡੇ ਘਰ ਵਿਆਹ ਹੈ, ਸਾਡੇ ਪੁੱਤਰ ਦੇ ਵਿਆਹ ਦੇ ਰੰਗ 'ਚ ਭੰਗ ਪੈ ਜਾਣੀ, ਬੜਾ ਭਾਰੀ ਨੁਕਸਾਨ ਹੋ ਜਾਣਾ ਜਾਨੀ ਮਾਲੀ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਦੇ ਨਾਲ ਜੰਗ ਕਰਨ ਦੀ ਜਿਹੜੀ ਮਨ ਦੇ ਵਿੱਚ ਮਨਸਾ ਸੀ ਉਹ ਤਿਆਗ ਦਿੱਤੀ ਹੈ। ਇਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ, ਮਨ ਬਿਰਤੀਆਂ ਜੋੜ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਯਤਨ ਅਨੇਕ ਵਿਚਾਰ ਕੈ, ਅਨੇਕਾਂ ਯਤਨਾਂ ਤੇ ਵਿਚਾਰ ਕਰਕੇ ਭੀਮ ਚੰਦ ਗਿਰਰਾਏ, ਬਾਈ ਧਾਰ ਦੇ ਰਾਜਿਆਂ ਵਿੱਚੋਂ ਵੱਡਾ ਰਾਜਾ ਭੀਮ ਚੰਦ, ਮਾਨਿਓ ਮੰਤਰ ਵਜ਼ੀਰ ਕੋ, ਉਹਨੇ ਆਪਣੇ ਵਜ਼ੀਰ ਦੀ ਸਲਾਹ ਉਹਦੀ ਗੱਲ ਮੰਨ ਲਈ, ਔਰ ਨਿਰਪਨ ਸਮਦਾਏ, ਔਰ ਬਾਕੀ ਰਾਜਿਆਂ ਨੂੰ ਵੀ ਮਨਾਉਣ ਲਈ ਕਹਿੰਦਾ ਹੈ। ਚੌਪਈ ਸੁਨੋ ਸਹਿਲ ਨਾਥਨ ਬਚ ਮੇਰੇ, ਪਹਾੜੀ ਰਾਜਿਆਂ ਨੂੰ ਕਹਿੰਦਾ ਰਾਜੇ ਉਹ ਤੁਸੀਂ ਮੇਰੇ ਭਰਾ ਹੋ ਤੇ ਮੇਰੀ ਗੱਲ ਸੁਣੋ। ਵਿਆਹ ਸਮੇਂ ਆਇਓ ਅਬਨੇਰੇ, ਤੁਸੀਂ ਠੀਕ ਕਹਿੰਦੇ ਹੋ ਵੀ ਸਾਨੂੰ ਗੁਰੂ ਨਾਲ ਦੋ ਦੋ ਹੱਥ ਕਰਨੇ ਚਾਹੀਦੇ ਹੈ, ਲੜਨਾ ਚਾਹੀਦਾ, ਪਰ ਗੱਲ ਇਹ ਹੈ ਮੇਰੇ ਪੁੱਤਰ ਦਾ ਵਿਆਹ ਨੇੜੇ ਆ ਗਿਆ ਹੈ, ਅਸੀਂ ਬਰਾਤ ਬਣਾ ਕੇ ਤੁਰੇ ਹਾਂ, ਔਰ ਵਿਆਹ ਦਾ ਸਾਹਾ ਬਿਲਕੁਲ ਸਿਰ ਤੇ ਖੜਾ ਹੈ। ਦਰਬੇ ਵਿਖੇ ਦਿਵਸ ਬਹੁ ਲਾਗੈ, ਭੀਮ ਚੰਦ ਕਹਿੰਦਾ ਦੇਖੋ ਭਰਾਓ, ਲੜਾਈ ਜਿਹੜੀ ਹੈ ਨਾ ਛਿੜ ਜਾਵੇ ਨਾ, ਕੋਈ ਪਤਾ ਨਹੀਂ ਕਿੰਨੀ ਲੰਮੀ ਹੋ ਜਾਵੇ, ਜਿੰਨਾ ਚਿਰ ਜਿੱਤ ਹਾਰ ਦਾ ਫੈਸਲਾ ਨਹੀਂ ਹੁੰਦਾ ਉਨਾ ਚਿਰ ਲੜਾਈ ਮੁੱਕਦੀ ਨਹੀਂ ਹੁੰਦੀ, ਤੇ ਦਿਨ ਜ਼ਿਆਦਾ ਲੱਗ ਜਾਂਦੇ ਆ, ਕਈ ਲੜਾਈਆਂ ਐਸੀਆਂ ਜਿਹੜੀਆਂ ਕਈ ਕਈ ਸਾਲ ਹੀ ਚੱਲਦੀਆਂ ਹਨ। ਸਾਧ ਸੰਗਤ ਜੀ, ਅਕਬਰ ਬਾਦਸ਼ਾਹ ਚਿਤੌੜ ਦੇ ਗੜ੍ਹ ਕਿਲੇ ਨੂੰ ਘੇਰਾ ਪਾ ਕੇ 12 ਸਾਲ ਬੈਠਾ ਰਿਹਾ, 12 ਸਾਲ ਉੱਥੇ ਲੜਾਈ ਲੱਗੀ ਚਿਤੌੜ ਦੇ ਕਿਲੇ ਵਿੱਚ। ਔਰੰਗਜ਼ੇਬ 9 ਸਾਲ ਗੋਲਕੁੰਡੇ ਦੇ ਕਿਲੇ ਨੂੰ ਘੇਰਾ ਪਾ ਕੇ ਬੈਠਾ ਰਿਹਾ, ਉੱਥੇ ਜੰਗ ਜਾਰੀ ਰਿਹਾ, ਲੜਾਈਆਂ ਦਾ ਕੀ ਪਤਾ ਕਿੰਨੀਆਂ ਲੰਮੀਆਂ ਹੋ ਜਾਣ। ਇੱਕ ਦਲ ਬਲ ਕੋ ਗੁਰ ਨਹਿ ਭਾਗੈ, ਤੇ ਇੱਕ ਗੱਲ ਮੈਂ ਜਾਣਦਾ ਹਾਂ, ਮੇਰਾ ਤਜਰਬਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਡੀ ਫੌਜ ਨੂੰ ਵੇਖ ਕੇ ਸਾਡੀ ਤਾਕਤ ਨੂੰ ਵੇਖ ਕੇ ਭੱਜਣ ਵਾਲਾ ਨਹੀਂ ਹੈ, ਉਹ ਮੈਦਾਨ 'ਚ ਪਿੱਠ ਨਹੀਂ ਦਿਖਾਏਗਾ, ਸੂਰਮਾ ਹੈ। ਭੀਮ ਜੰਗ ਦੋਏ ਦਿਸ਼ ਤੇ ਪਰੈ, ਜੇ ਲੜਾਈ ਛਿੜ ਗਈ ਤਾਂ ਦੋਵਾਂ ਪਾਸਿਆਂ ਤੋਂ ਗਹਿ ਗੱਚ ਲੜਾਈ ਹੋਵੇਗੀ, ਭਿਆਨਕ ਲੜਾਈ ਹੋਵੇਗੀ, ਇਹ ਲੜਾਈ ਕੋਈ ਮਾੜੀ ਮੋਟੀ ਝੜਪ ਨਹੀਂ ਹੋਣੀ,
ਕਿਉਂਕਿ ਦੋਵਾਂ ਪਾਸਿਆਂ ਤੋਂ ਸੂਰਮੇ ਲੜ ਮਰ ਮਿਟਣ ਨੂੰ ਤਿਆਰ ਬੈਠੇ ਹਨ। ਦੋਵਾਂ ਪਾਸਿਆਂ ਦੇ ਸੂਰਮੇ, ਅਸੀਂ ਵੀ ਰਾਜਪੂਤ ਪਹਾੜ ਦੇ ਰਾਜੇ ਹਾਂ। ਸਾਡਾ ਵੀ ਆਪਣੇ ਪਿਓ ਦਾਦੇ ਪੜਦਾਦਿਆਂ ਤੋਂ ਜੰਗ ਕਰਨ ਦਾ ਤਜਰਬਾ ਹੈ, ਤੇ ਗੁਰੂ ਗੋਬਿੰਦ ਸਿੰਘ ਵੀ ਛੇਵੇਂ ਪਾਤਸ਼ਾਹ ਦਾ ਪੋਤਰਾ ਹੈ, ਉਹ ਬੜਾ ਵੱਡਾ ਸੂਰਮਾ ਹੈ। ਦੋਵੇਂ ਪਾਸੇ ਪਿੱਛੇ ਨਹੀਂ ਹਟਣਗੇ, ਨਾ ਅਸੀਂ ਪਿੱਛੇ ਹਟਾਂਗੇ ਤੇ ਨਾ ਗੁਰੂ ਪਿੱਛੇ ਹਟੇਗਾ। ਆਪਣੀ ਆਪਣੀ ਲਾਜ ਨਿਭਾ ਕੇ ਮਰ ਮਿਟ ਜਾਣਗੇ, ਪਰ ਪਿੱਛੇ ਨਹੀਂ ਹਟਣਗੇ। ਕੋ ਜਾਣੇ ਤਬ ਕਿਆ ਹੋਏ ਜਾ ਹੈ, ਜੇ ਲੜਾਈ ਲੰਮੀ ਛਿੜ ਗਈ ਕੀ ਜਾਣੇ ਕੀ ਹੋਣਾ। ਹਫ਼ਤਾ ਲੜਾਈ ਲੱਗੇ, ਦੋ ਹਫ਼ਤੇ ਲੱਗੇ, ਮਹੀਨਾ ਲੱਗ ਜੇ, ਸਾਲ ਲੱਗ ਜੇ, ਜਿੰਨਾ ਚਿਰ ਲੜਾਈ ਦਾ ਫੈਸਲਾ ਨਹੀਂ ਹੁੰਦਾ ਅਸੀਂ ਵੀ ਭੱਜ ਨਹੀਂ ਸਕਾਂਗੇ ਵਿੱਚੋਂ ਛੱਡ ਕੇ, ਤੇ ਗੁਰੂ ਨੇ ਪਿੱਛੇ ਹਟਣਾ ਹੀ ਕੋਈ ਨਹੀਂ। ਵਿਆਹ ਕਾਜ ਪੂਰਨ ਅਵ ਕਰੋ। ਇਸ ਕਰਕੇ ਮੇਰੇ ਭਰਾਓ, ਮੇਰੀ ਗੱਲ ਮੰਨੋ, ਤੁਸੀਂ ਕਾਹਲੇ ਨਾ ਪਾਓ। ਇੱਕ ਵਾਰੀ ਮੇਰੇ ਪੁੱਤਰ ਦੀਆਂ ਲਾਵਾਂ ਹੋ ਲੈਣ ਦਿਓ, ਇੱਕ ਵਾਰੀ ਵਿਆਹ ਦਾ ਕਾਰਜ ਸੰਪੂਰਨ ਹੋ ਲੈਣ ਦਿਓ। ਹੁਣ ਗੁਰਸੰਗ ਲੜੋ ਨਹੀਂ ਡਰੋ। ਫਿਰ ਆਪਾਂ ਨਹੀਂ ਟਲਾਂਗੇ, ਫਿਰ ਗੁਰੂ ਨਾਲ ਲੜਾਈ ਕਰਨੀ ਕਰਨੀ ਹੈ। ਤੁਹਾਨੂੰ ਤਾਂ ਬਾਅਦ ਵਿੱਚ ਸ਼ੌਂਕ ਹੈ, ਪਹਿਲਾਂ ਮੇਰੇ ਮਨ ਵਿੱਚ ਹੈ ਵੀ ਗੁਰੂ ਨੇ ਮੇਰੀ ਮੰਗ ਮਨਜ਼ੂਰ ਨਹੀਂ ਕੀਤੀ, ਅੱਜ ਮੇਰਾ ਗੁਰਸਤਾ ਰੋਕਿਆ ਹੈ, ਗੁਰੂ ਮੇਰਾ ਦੁਸ਼ਮਣ ਬਣ ਚੁੱਕਾ ਹੈ। ਇਸ ਕਰਕੇ ਗੁਰੂ ਨਾਲ ਦੋ ਦੋ ਹੱਥ ਤਾਂ ਕਰਨੇ ਨੇ, ਪਰ ਆਪਣੇ ਪੁੱਤਰ ਦੇ ਵਿਆਹ ਤੋਂ ਬਾਅਦ ਹੀ ਕਰਾਂਗੇ। ਆਪਰੇ ਸਤਜ ਹੋ, ਆਪਰੇ ਮਗ ਗਮਨ ਹੋ। ਹੁਣ ਮੇਰੀ ਗੱਲ ਮੰਨੋ, ਗੁੱਸਾ ਛੱਡੋ ਤੇ ਆਪਾਂ ਕੋਈ ਹੋਰ ਰਸਤੇ ਥਾਣੀ ਚੱਲੀਏ, ਤੇ ਕੁੜਮਾਂ ਦੇ ਘਰ ਟਾਈਮ ਨਾਲ ਪਹੁੰਚਣ ਦੀ ਕੋਸ਼ਿਸ਼ ਕਰੀਏ। ਬਹੁਰ ਆਏ ਗੁਰ ਦਲ ਕੋ ਦਮਨੋ। ਕਹਿੰਦੇ ਇੱਕ ਵਾਰੀ ਵਿਆਹ ਕਰ ਲਈਏ ਮੁੰਡੇ ਦਾ, ਕਾਕੇ ਅਜਮੇਰ ਚੰਦ ਦਾ, ਤੇ ਫਿਰ ਫੌਜਾਂ ਲਿਆ ਕੇ ਆਪਾਂ ਦੂਜਾ ਕੰਮ ਹੋਰ ਨਹੀਂ ਕੋਈ ਕਰਨਾ, ਗੁਰੂ ਨਾਲ ਹੀ ਦੋ ਦੋ ਹੱਥ ਕਰਨੇ ਨੇ। ਗੁਰੂ ਦਾ ਦਲ ਬਲ ਖਤਮ ਕਰ ਦੇਣਾ, ਦਮਨ ਕਰਨਾ ਗੁਰੂ ਨੂੰ। ਫਤਿਹ ਸ਼ਾਹ ਕੋ ਲੈ ਕਰ ਸੰਗ। ਰਾਜਾ ਫਤਿਹ ਸ਼ਾਹ ਨੂੰ ਵੀ ਨਾਲ ਲਵਾਂਗੇ ਆਪਣੇ ਕੁੜਮ ਨੂੰ। ਉਹ ਇਸ ਵੇਲੇ ਤਾਂ ਗੁਰੂ ਦਾ ਉਪਾਸ਼ਕ ਬਣਿਆ ਬੈਠਾ, ਪਰ ਉਹਨੂੰ ਆਪਾਂ ਆਪਣੇ ਨਾਲ ਰਲਾ ਲੈਣਾ, ਕਿਉਂਕਿ ਸਾਡਾ ਭਾਈਚਾਰਾ ਹੈ, ਸਾਡਾ ਕੁੜਮ ਹੈ, ਤੇ ਸਾਡੀ ਗੱਲ ਜ਼ਰੂਰ ਮੰਨੇਗਾ। ਦੇਹੋ ਉਠਾਏ ਇਤ ਤੇ ਕਰ ਜੰਗ। ਕਹਿੰਦੇ ਇਧਰੋਂ ਆਪਾਂ ਫੌਜਾਂ ਲੈ ਕੇ ਗੁਰੂ ਨਾਲ ਆ ਕੇ ਲੜਾਂਗੇ, ਤੇ ਗੁਰੂ ਨੂੰ ਪੌਂਟੇ ਤੋਂ ਉਠਾ ਦਿਆਂਗੇ। ਜਿਵੇਂ ਆਪਾਂ ਗੁਰੂ ਨੂੰ ਆਨੰਦਪੁਰ 'ਚ ਨਹੀਂ ਟਿਕਣ ਦਿੱਤਾ, ਆਪਾਂ ਗੁਰੂ ਨੂੰ ਪੌਂਟੇ 'ਚ ਵੀ ਨਹੀਂ ਟਿਕਣ ਦੇਣਾ, ਇੱਥੋਂ ਵੀ ਗੁਰੂ ਨੂੰ ਦੁੜਾ ਦੇਣਾ ਹੈ। ਸਭਨ ਵਿਰੋਧੀ ਬਣਿਓ ਮਹਾਨ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਡਾ ਸਾਰਿਆਂ ਦਾ ਵਿਰੋਧੀ ਬਣਿਆ ਹੋਇਆ, ਕੱਲਾ ਮੇਰਾ ਹੀ ਨਹੀਂ, ਉਹ ਔਰੰਗਜ਼ੇਬ ਦਾ ਵੀ ਵਿਰੋਧੀ ਹੈ, ਉਹ ਸੂਬਿਆਂ ਦਾ ਵੀ ਵਿਰੋਧੀ ਹੈ, ਉਹ ਸਾਡੇ 22 ਧਾਰ ਦੇ ਰਾਜਿਆਂ ਦਾ ਵੀ ਵਿਰੋਧੀ ਹੈ। ਉਹ ਕਿਸੇ ਦੀ ਆਣ ਨਹੀਂ ਮੰਨਦਾ, ਕਿਸੇ ਦੀ ਈਨ ਨਹੀਂ ਮੰਨਦਾ, ਉਹ ਸਾਰਿਆਂ ਤੋਂ ਭਾਰੂ ਹੋਇਆ ਬੈਠਾ ਹੈ। ਕੈਸੇ ਵਸਣ ਦੇਹੇ ਇਸ ਥਾਂ। ਅਸੀਂ ਉਸ ਗੁਰੂ ਨੂੰ ਇਸ ਥਾਂ ਤੇ ਕਿਵੇਂ ਵਸਣ ਦਿਆਂਗੇ, ਨਹੀਂ ਰਹਿਣ ਦਿਆਂਗੇ ਆਪਣੇ ਇਲਾਕੇ ਵਿੱਚ। ਵਿਗਨ ਵਿਸਾਲ ਵਿਆਹ ਮਹਿ ਡਾਲਾ। ਤੇ ਆਹ ਤਾਂ ਗੁਰੂ ਨੇ ਨਵੀਂ ਭਾਜੀ ਪਾ ਦਿੱਤੀ ਹੈ ਸਾਡੇ ਵੱਲ, ਵੀ ਜਿਹੜਾ ਸਾਡਾ ਰਸਤਾ ਰੋਕ ਲਿਆ। ਵਿਆਹ ਦੇ ਵਿੱਚ ਵਿਘਨ ਬੜਾ ਵੱਡਾ ਵਿਘਨ ਹੈ, ਵੀ ਕੋਈ ਪਿਓ ਆਪਣੇ ਪੁੱਤਰ ਦੇ ਵਿਆਹ ਵਿੱਚ ਜਾਵੇ ਤੇ ਮਿਲਣੀ ਦੇ ਸਮੇਂ ਪਹੁੰਚ ਨਾ ਸਕੇ, ਮੁੰਡੇ ਦੀਆਂ ਲਾਵਾਂ ਹੋਣ, ਫੇਰੇ ਹੋਣ, ਤੇ ਉਹ ਪਿਓ ਉੱਥੇ ਹਾਜ਼ਰ ਨਾ ਹੋਵੇ। ਇਹ ਸਾਰਾ ਕੰਮ ਗੁਰੂ ਨੇ ਕੀਤਾ ਹੈ ਸਾਡੇ ਵਾਸਤੇ। ਇਸ ਪਲਟੋ ਮੈਂ ਲਿਓ ਵਿਸਾਲਾ। ਆਪਣੀ ਇਸ ਬੇਇੱਜ਼ਤੀ ਦਾ ਮੈਂ ਬਦਲਾ ਲਵਾਂਗਾ, ਜ਼ਰੂਰ ਲਵਾਂਗਾ। ਇਤ ਯਾਦਿਕ ਕਹਿ ਨ੍ਰਿਪ ਸਮਝਾਏ। ਇਸ ਤਰ੍ਹਾਂ ਰਾਜੇ ਭੀਮ ਚੰਦ ਨੇ ਮੌਕਾ ਟਪਾਉਣ ਲਈ ਆਪਣੇ ਸਾਥੀ ਰਾਜਿਆਂ ਨੂੰ ਸਮਝਾਇਆ, ਗੁਲੇਰ ਚੰਦ, ਗੋਪਾਲ ਚੰਦ ਗੁਲੇਰੀਆ, ਕੇਸਰੀ ਚੰਦ ਜਸਵਾਲੀਆ, ਕਿਰਪਾਲ ਚੰਦ ਕਟੋਚੀਆ,
ਇਹ ਜ਼ਿਆਦਾ ਲੜਨ ਨੂੰ ਚਾਹੁੰਦੇ ਸਨ, ਲੜਾਈ ਛੇੜਨੀ ਚਾਹੁੰਦੇ ਸਨ, ਪਰ ਭੀਮ ਚੰਦ ਨੇ ਇਹਨਾਂ ਨੂੰ ਠੰਡਿਆਂ ਕਰ ਦਿੱਤਾ। ਦਰਬੇ ਤੇ ਇਸ ਸਮੇਂ ਹਟਾਏ, ਉਸ ਸਮੇਂ ਲਈ, ਥੋੜੇ ਸਮੇਂ ਲਈ ਰੋਕ ਲਿਆ ਵੀ ਤੁਸੀਂ ਆਹ ਮਹੀਨਾ 15 ਦਿਨ ਜਿਹੜਾ ਵਿਆਹ ਦਾ ਪ੍ਰੋਗਰਾਮ ਹੈ ਇਹ ਹੋ ਲੈਣ ਦਿਓ, ਤੇ ਬਸ ਵਿਆਹ ਤੋਂ ਬਾਅਦ ਆਪਾਂ ਜਦੋਂ ਹੀ ਵਿਹਲੇ ਹੋਏ ਆਪਾਂ ਗੁਰੂ ਨਾਲ ਦੋ ਦੋ ਹੱਥ ਕਰਾਂਗੇ। ਕਰਿਓ ਤਿਆਰ ਸੁਧਹੇਤ ਪਠਾਵਨ। ਹੁਣ ਰਾਜੇ ਭੀਮ ਚੰਦ ਨੇ ਜਦੋਂ ਰਾਜਿਆਂ ਨੂੰ ਬਾਕੀਆਂ ਨੂੰ ਆਪਣੇ ਵਿਚਾਰ ਦੇ ਨਾਲ ਪ੍ਰਭਾਵਿਤ ਕਰ ਲਿਆ, ਉਹਨਾਂ ਨੂੰ ਆਸ਼ਵਾਸਨ ਵਿੱਚ ਲੈ ਲਿਆ ਵੀ ਤੁਸੀਂ ਮੇਰੀ ਗੱਲ ਮੰਨੋ, ਥੋੜੇ ਸਮੇਂ ਲਈ ਠੰਡੇ ਰਹੋ, ਫਿਰ ਉਹਨੇ ਆਪਣੇ ਪੁੱਤਰ ਅਜਮੇਰ ਚੰਦ ਨੂੰ, ਵਜ਼ੀਰ ਨੂੰ, ਗੁਰੂ ਸਾਹਿਬ ਦਸਵੇਂ ਪਾਤਸ਼ਾਹ ਕੋਲੋਂ ਦੀ ਲੰਘਣ ਵਾਸਤੇ ਤਿਆਰ ਕੀਤਾ ਹੈ। ਨਿਕਟ ਅਮਾਤ ਕੀਨ ਸਮਝਾਵਨ, ਤੇ ਵਜ਼ੀਰ ਦੇਵੀ ਦਾਸ ਨੂੰ ਕੋਲ ਬਿਠਾ ਕੇ ਸਮਝਾਇਆ ਹੈ। ਗਮਨ ਹੋ ਇਸੀ ਸੰਗ ਮਗ ਸੂਦੇ, ਕੇ ਵਜ਼ੀਰ ਜੀ ਤੁਸੀਂ ਮੇਰੇ ਲੜਕੇ ਨੂੰ ਨਾਲ ਲੈ ਕੇ ਆ ਸਿੱਧਾ ਇਸੇ ਰਸਤੇ ਥਾਣੀ ਜਾਓ। ਗੁਰੂ ਕਦਾਜਿਤ ਜੇ ਮਗ ਰੁਦੇ, ਜੇ ਗੁਰੂ ਗੋਬਿੰਦ ਸਿੰਘ ਤੁਹਾਡਾ ਜਾਂ ਤੁਹਾਡੇ ਨਾਲ ਮੇਰੇ ਲੜਕੇ ਦਾ ਰਸਤਾ ਰੋਕੇ, ਯਾਨੀ ਤੁਹਾਨੂੰ ਵੀ ਨਾ ਜਾਣ ਦਵੇ, ਬਨ ਕੇ ਦੀਨ ਬਿਨੈ ਬਹੁ ਭਾਖੋ, ਤਾਂ ਬੜੀ ਨਿਮਰਤਾ ਨਾਲ ਦੀਨ ਨਿਮਾਣੇ ਬਣ ਕੇ ਬੇਨਤੀ ਕਰਿਆ ਜੀ, ਮਿੰਤਾ ਤਰਲੇ ਜਿੰਨੇ ਕਰਨੇ ਪੈਣ ਕਰ ਲਿਆ ਜੇ, ਜੋ ਕਿਉ ਕਰ ਉਲੰਘਣ ਅਵਲਾਖੋ, ਜਿਵੇਂ ਵੀ ਹੋਵੇ ਇੱਕ ਵਾਰੀ ਇੱਥੋਂ ਲੰਘਣ ਦੀ ਕੋਸ਼ਿਸ਼ ਕਰਨੀ ਹੈ ਪੌਂਟੇ ਤੋਂ। ਕਰ ਬੰਧਨ ਬੰਧਨ ਪਗ ਠੰਨ ਹੋ, ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਹੱਥ ਚਰਨਾਂ ਵਿੱਚ ਹੱਥ ਜੋੜ ਕੇ ਮੇਰੇ ਵੱਲੋਂ ਵੀ ਮੱਥਾ ਟੇਕਿਆ ਜੇ, ਹਮ ਦਿਸ਼ ਤੇ ਬਹੁ ਅਰਜ ਬਖਾਨ ਹੋ, ਮੇਰੇ ਵੱਲੋਂ ਗੁਰੂ ਨੂੰ ਅਰਜ ਕਰਿਆ ਜੇ ਵੀ ਗੁਰੂ ਜੀ ਰਾਜਾ ਭੀਮ ਚੰਦ ਬੇਨਤੀ ਕਰਦਾ ਸੀ ਵੀ ਕਾਕੇ ਨੂੰ ਤਾਂ ਲੰਘ ਜਾਣ ਦਿਓ, ਨਹਿ ਮਗ ਦਿਓ ਨਾ ਆਇਓ ਰਾਜਾ, ਤੇ ਜੇ ਗੁਰੂ ਸਾਹਿਬ ਪੁੱਛਣ ਵੀ ਆਪ ਕਿਉਂ ਨੀ ਆਇਆ ਭੀਮ ਚੰਦ, ਤੇ ਆਖਿਆ ਜੇ ਤੁਸੀਂ ਰਸਤਾ ਨਹੀਂ ਨਾ ਦਿੱਤਾ, ਇਸ ਕਰਕੇ ਰਾਜਾ ਮਹਾਰਾਜ ਤੁਹਾਡੇ ਚਰਨਾਂ ਚ ਹਾਜ਼ਰ ਨਹੀਂ ਹੋ ਸਕਿਆ। ਸਕਲੇ ਸਹਾਰਿਓ ਬਣਿਓ ਕੁਕਾਜਾ, ਕੰਮ ਤਾਂ ਔਖਾ ਹੋ ਗਿਆ, ਬਰਾਤ ਰੋਕ ਲਈ ਹੈ ਤੁਸੀਂ, ਪਰ ਮਹਾਰਾਜ ਫੇਰ ਵੀ ਰਾਜਾ ਭੀਮ ਚੰਦ ਨੇ ਬਰਦਾਸ਼ਤ ਕਰ ਲਿਆ, ਸਹਾਰ ਲਿਆ, ਤੇ ਉਹ ਕਹਿੰਦਾ ਵੀ ਚਲੋ ਜੇ ਗੁਰੂ ਜੀ ਕਿਰਪਾ ਕਰ ਦੇਣ, ਮੈਨੂੰ ਨਹੀਂ ਲੰਘਣ ਦਿੰਦੇ, ਨਾ ਲੰਘਣ ਦੇਣ, ਬੱਚੇ ਦੇ ਸਾਰਿਆਂ ਦੇ ਸਾਂਝੇ ਹੁੰਦੇ ਆ, ਆਪ ਬੱਚੇ ਨੂੰ ਰਸਤਾ ਦੇ ਦਿਓ। ਤੁਮ ਸੰਗ ਦਰਿਓ ਨਾ ਚਾਹਤ ਸੋਈ, ਹੇ ਗੁਰੂ ਜੀ ਰਾਜਾ ਭੀਮ ਚੰਦ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦਾ, ਠਾਨੀ ਨਮੋ ਬੰਦ ਕਰ ਦੋਈ। ਰਾਜਾ ਭੀਮ ਚੰਦ ਨੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਹੈ ਤੁਹਾਡੇ ਚਰਨਾਂ ਤੇ। ਰਾਜਾ ਕਹਿੰਦਾ ਵੀ ਉਹ ਗੁਰੂ ਲੋਕ ਨੇ, ਗੁਰੂਆਂ ਦਾ ਮੁਕਾਬਲਾ ਨਹੀਂ ਕਰੀਦਾ ਹੁੰਦਾ, ਗੁਰੂਆਂ ਨਾਲ ਨਹੀਂ ਲੜੀਦਾ ਹੁੰਦਾ, ਇਸ ਕਰਕੇ ਰਾਜਾ ਭੀਮ ਚੰਦ ਲੜਾਈ ਵੱਲੋਂ ਤਾਂ ਟਾਲਾ ਕਰ ਗਿਆ ਤੇ ਆਪ ਨਹੀਂ ਆਇਆ, ਪਰ ਆਪਣੇ ਪੁੱਤਰ ਨੂੰ ਤੇ ਮੈਨੂੰ ਭੇਜਿਆ ਹੈ ਵੀ ਗੁਰੂ ਜੀ ਸਾਨੂੰ ਰਸਤਾ ਦੇ ਦਿਓ, ਅਸੀਂ ਸਮੇਂ ਸਿਰ ਜਾ ਕੇ ਆਪਣੇ ਪੁੱਤਰ ਦੀਆਂ ਲਾਵਾਂ ਫੇਰੇ ਕਰਵਾ ਲਈਏ। ਕਹਿ ਸਤਕੋ ਚੰਪਾਨ ਚੜਾਵਾ, ਇਸ ਤਰ੍ਹਾਂ ਵਜ਼ੀਰ ਨੂੰ ਸਾਰੀਆਂ ਗੱਲਾਂ ਸਮਝਾ ਕੇ ਰਾਜੇ ਭੀਮ ਚੰਦ ਨੇ ਆਪਣੇ ਪੁੱਤਰ ਨੂੰ ਸਾਧ ਸਿੰਘ ਜੀ ਪਾਲਕੀ ਦੇ ਵਿੱਚ ਸਵਾਰ ਕਰਾਇਆ ਹੈ। ਇਹਦਾ ਹੋਲ ਜੁਤ ਪੰਥ ਪਟਾਵਾ, ਮਨ ਦੇ ਵਿੱਚ ਹੌਲ ਉੱਠਦੇ ਨੇ ਵੀ ਪਤਾ ਨੀ ਮੇਰੇ ਪੁੱਤਰ ਨਾਲ ਕੀ ਬਣਨਾ, ਕਿਤੇ ਗੁਰੂ ਸਾਹਿਬ ਪੌਂਟੇ ਵਿੱਚ ਕੈਦ ਹੀ ਨਾ ਕਰ ਲੈਣ ਮੇਰੇ ਪੁੱਤਰ ਨੂੰ। ਸੋ ਇਸ ਤਰ੍ਹਾਂ ਮਨ ਚ ਸੋਚਦਾ ਹੋਇਆ, ਡਰਦਾ ਹੋਇਆ,
ਰਾਜਾ ਭੀਮ ਚੰਦ ਆਪਣੇ ਪੁੱਤਰ ਨੂੰ ਤੋਰ ਰਿਹਾ ਹੈ। ਇੱਕ ਦੋ ਦਾਸਿਕ ਸੰਗ ਵਜ਼ੀਰ, ਇੱਕ ਦੋ ਸੇਵਾਦਾਰ ਤੇ ਨਾਲ ਵਜ਼ੀਰ ਨੂੰ ਤੋਰਿਆ ਹੈ। ਗਮ ਨੇ ਜਬ ਨਿਰਭ ਹੋਤ ਅਧੀਰ, ਬੜੀ ਨਿਮਰਤਾ ਨਾਲ ਅਧੀਰਤਾ ਨਾਲ ਭੇਜਿਆ ਹੈ। ਸਨੇ ਸਨੇ ਸਨ ਮੁਖ ਜਬ ਗਏ, ਸਾਧ ਸੰਗਤ ਜੀ ਹੌਲੇ ਹੌਲੇ ਵਜ਼ੀਰ ਰਾਜਾ ਕਾਕਾ ਅਜਮੇਰ ਚੰਦ ਭੀਮ ਚੰਦ ਦਾ ਪੁੱਤਰ ਅਤੇ ਉਹਦੇ ਨਾਲ ਪੰਜ ਸੱਤ ਜਿਹੜੇ ਬੰਦੇ ਭੇਜੇ ਸਨ ਬਿਨਾਂ ਹਥਿਆਰਾਂ ਦੇ ਬਿਨਾਂ ਸ਼ਸਤਰਾਂ ਦੇ ਉਹ ਗਏ ਹਨ। ਗੁਰਦਲ ਕੇ ਸਮੀਪ ਜਬ ਪਏ, ਜਦੋਂ ਇਹ ਗੁਰੂ ਸਾਹਿਬ ਦੀ ਫੌਜ ਦੇ ਨੇੜੇ ਪਹੁੰਚੇ ਹਨ, ਦੇਖਤ ਜਾਣਿਓ ਰਿਪ ਦਲ ਆਇਓ, ਕਹਿੰਦੇ ਸਿੱਖਾਂ ਨੇ ਵੇਖਿਆ ਵੀ ਦੁਸ਼ਮਣ ਦੀ ਫੌਜ ਆ ਗਈ ਹੈ, ਘੋੜੇ ਤੁਰੇ ਆਉਂਦੇ ਨੇ, ਚੜੇ ਤੁਰੰਗਨ ਉਰ ਉਮਗਾਇਓ, ਕਹਿੰਦੇ ਘੋੜਿਆਂ ਦੇ ਉੱਤੇ ਚੜੇ ਆ ਰਹੇ ਨੇ ਬੰਦੇ, ਇਹ ਵੇਖ ਕੇ ਤੇ ਪਾਲਕੀ ਆ ਰਹੀ ਹੈ, ਇਹ ਸਿੱਖ ਜਿਹੜੇ ਘੋੜ ਸਵਾਰ ਸਨ ਗੁਰੂ ਦੀ ਫੌਜ ਦੇ ਸਿਪਾਹੀ, ਉਹਨਾਂ ਨੇ ਕਾਕਾ ਅਜਮੇਰ ਚੰਦ ਨੂੰ ਤੇ ਵਜ਼ੀਰ ਨੂੰ ਘੇਰ ਲਿਆ ਹੈ। ਤਿਆਰ ਤੁਫੰਗਨ ਕਰਦ ਤਵਾਏ, ਆਪਣੀਆਂ ਬੰਦੂਕਾਂ ਤਿਆਰ ਕਰ ਲਈਆਂ ਤੇ ਘੋੜੇ ਉੱਧਰ ਹੀ ਦੁੜਾ ਦਿੱਤੇ। ਭੀਮ ਚੰਦ ਨੰਦਨ ਪਿਖ ਜਾਏ, ਜਦੋਂ ਜਾ ਕੇ ਵੇਖਿਆ ਤੇ ਰਾਜਾ ਭੀਮ ਚੰਦ ਦਾ ਪੁੱਤਰ ਜਿਹੜਾ ਕਿ ਬਰਾਤ ਸਿਹਰੇ ਬੰਨ ਕੇ ਜਾ ਰਿਹਾ ਹੈ, ਬਿਨਾਂ ਵਾਹਣੀ ਕੇ ਚਲ ਆਇਓ, ਵੇਖਿਆ ਸਿੱਖਾਂ ਨੇ ਵੀ ਫੌਜ ਤੋਂ ਬਿਨਾਂ ਹੀ ਹੈ, ਕੋਈ ਲੜਾਈ ਵਾਲੀ ਫੌਜ ਨਹੀਂ, ਰਾਜੇ ਦਾ ਪੁੱਤਰ ਹੈ, ਰਾਜੇ ਦਾ ਵਜ਼ੀਰ ਹੈ ਤੇ ਕੁਝ ਚੋਣਵੇਂ ਬਰਾਤੀ ਨਾਲ ਹਨ। ਘੇਰ ਲਿਓ ਨਿਜ ਅਗਰ ਚਲਾਇਓ, ਸਿੱਖਾਂ ਨੇ ਅਜਮੇਰ ਚੰਦ ਨੂੰ ਆਲੇ ਦੁਆਲਿਓ ਘੇਰਾ ਪਾ ਲਿਆ, ਆਲੇ ਦੁਆਲੇ ਬੰਦੂਕਾਂ ਬਰਛਿਆਂ ਭਾਲਿਆਂ ਵਾਲੇ ਸਿੱਖ ਹੋ ਗਏ ਤੇ ਅਜਮੇਰ ਚੰਦ ਨੂੰ ਵਜ਼ੀਰ ਦੇਵੀ ਦਾਸ ਨੂੰ ਅਤੇ ਉਹਦੇ ਨਾਲ ਹੋਰ ਜਿਹੜੇ ਬਰਾਤੀ ਸਨ ਉਹਨਾਂ ਨੂੰ ਅੱਗੇ ਤੋਰ ਲਿਆ ਤੇ ਆਪਣੇ ਘੇਰੇ ਵਿੱਚ ਲੈ ਲਿਆ। ਸਹਿਤ ਵਜ਼ੀਰ ਤਹਾ ਪਹੁੰਚਾਏ, ਕਹਿੰਦੇ ਵਜ਼ੀਰ ਤੇ ਅਜਮੇਰ ਚੰਦ ਨੂੰ ਉੱਥੇ ਲੈ ਗਏ ਜਿਹੇ ਸਤਿਗੁਰੂ ਕੋ ਪਹੁੰਚ ਸਹਾਏ, ਜਿੱਥੇ ਸ੍ਰੀ ਕਲਗੀਧਰ ਪਾਤਸ਼ਾਹ ਮਹਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਿਲਾ ਹੈ, ਪੌਂਟਾ ਸਾਹਿਬ ਦਰਵਾਜ਼ਾ ਹੈ, ਮੇਨ ਦਰਵਾਜ਼ੇ ਤੇ ਜਾ ਕੇ ਖੜਿਆ ਕਰ ਦਿੱਤਾ। ਦਵਾਰਪਾਲ ਸੁਦ ਜਾਏ ਸੁਣਾਈ, ਤੇ ਦਵਾਰਪਾਲ ਨੂੰ ਜਾ ਕੇ ਖਬਰ ਦਿੱਤੀ, ਨਿਰਿਪ ਸਦਕੋ ਸੈ ਨਾ ਕਹਿ ਲਿਆਈ, ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਖਬਰ ਕਰੀਏ ਕਿ ਰਾਜਾ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਨੂੰ ਗੁਰੂ ਦੀ ਫੌਜ ਗ੍ਰਿਫਤਾਰ ਕਰਕੇ ਲੈ ਆਈ ਹੈ। ਜਾਤ ਹਤੋ ਹਿਤ ਵਿਆਹ ਅਗਾਰੀ, ਵਿਆਹ ਵਾਸਤੇ ਅੱਗੇ ਜਾ ਰਿਹਾ ਹੈ। ਸਾਚਵ ਏਕ ਦੋਏ ਨਰ ਸੰਗ ਤਾਰੀ, ਇੱਕ ਮੰਤਰੀ ਹੈ ਤੇ ਦੋ ਚਾਰ ਬੰਦੇ ਹਨ। ਡਰ ਤਰ ਕਰ ਸਗਰੇ ਮਹਿਪਾਲਾ, ਬਾਕੀ ਜਿਹੜੇ ਬਾਈ ਧਾਰ ਦੇ ਰਾਜੇ ਡਰ ਕੇ ਉਹ ਪਿੱਛੇ ਹੀ ਰੁਕ ਗਏ ਹਨ। ਸੈਨ ਸਮੇਤ ਸਮਾਜ ਵਿਸਾਲਾ, ਆਪਣੀ ਫੌਜ ਆਪਣਾ ਸਾਜੋ ਸਮਾਨ ਸਭ ਉਹਨਾਂ ਨੇ ਪਿੱਛੇ ਰੋਕ ਲਿਆ ਹੈ, ਸਿਰਫ ਇਸ ਕਰਕੇ ਵੀ ਵਿਆਹ ਦਾ ਟਾਈਮ ਲੰਘ ਨਾ ਜਾਵੇ, ਆਪਣੇ ਲੜਕੇ ਨੂੰ ਤੇ ਵਜ਼ੀਰ ਨੂੰ ਭੇਜਿਆ ਹੈ। ਅਪਰ ਪੰਥ ਕੋ ਸੇ ਗੱਲ ਚੱਲ ਗਏ, ਉਹ ਕਿਸੇ ਹੋਰ ਰਸਤੇ ਥਾਣੀ ਸ੍ਰੀ ਨਗਰ ਨੂੰ ਜਾਣਗੇ, ਉਹ ਇਸ ਰਸਤੇ ਕਿਉਂਕਿ ਆਪ ਜੀ ਨੇ ਲੰਘਣ ਦਾ ਰਸਤਾ ਨਹੀਂ ਦਿੱਤਾ ਤਾਂ ਉਹ ਦੂਸਰੇ ਰਸਤੇ ਤੋਂ ਸ੍ਰੀ ਨਗਰ ਨੂੰ ਚਲੇ ਗਏ ਹਨ। ਦੁਲਹੋ ਮੰਤਰੀ ਇਤ ਕੋ ਆਏ, ਲਾੜਾ ਤੇ ਨਾਲ ਮੰਤਰੀ ਦੇਵੀ ਦਾਸ ਇਧਰ ਆਏ ਹਨ। ਸੁਣ ਸਤਿਗੁਰ ਸੋ ਨਿਕਟ ਹਕਾਰਾ, ਇਹ ਸੁਣ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜੇ ਦੇ ਪੁੱਤਰ ਨੂੰ ਤੇ ਮੰਤਰੀ ਨੂੰ ਆਪਣੇ ਕੋਲ ਸੱਦ ਲਿਆ। ਭਏ ਨੰਮਰ ਜਬ ਦਰਸ਼ਨਿਹਾਰਾ, ਵਜ਼ੀਰ ਦੇਵੀ ਦਾਸ ਤਾਂ ਕਈ ਵਾਰ ਗੁਰੂ ਸਾਹਿਬ ਨੂੰ ਅੱਗੇ ਮਿਲ ਚੁੱਕਾ ਸੀ
ਤੇ ਨਾਲ ਸਿਹਰੇ ਬੰਨੇ ਹੋਏ ਅਜਮੇਰ ਚੰਦ ਵੀ ਪਹੁੰਚ ਗਿਆ ਤੇ ਜਦੋਂ ਮਹਾਰਾਜ ਦੇ ਕੋਲ ਪਹੁੰਚੇ ਸਤਿਗੁਰੂ ਜੀ ਨੂੰ ਬੜੀ ਨਿਮਰਤਾ ਨਾਲ ਮੱਥਾ ਟੇਕਿਆ ਹੱਥ ਜੋੜ ਠਾਂਡੇ ਹੋਏ ਰਹੇ ਅਜਮੇਰ ਚੰਦ ਤੇ ਦੇਵੀ ਦਾਸ ਹੱਥ ਜੋੜ ਕੇ ਮਹਾਰਾਜ ਦੇ ਸਾਹਮਣੇ ਖਲੋ ਗਏ ਸ੍ਰੀ ਮੁਕਤੇ ਬਿਕਸਤ ਬਚ ਕਹੇ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮੁਸਕਰਾ ਕੇ ਬੋਲੇ ਹੱਸ ਕੇ ਕਹਿਣ ਲੱਗੇ ਕਹੋ ਬਾਲਕ ਤੁਝ ਕਰ ਹੈ ਕੈਦ ਮਹਾਰਾਜ ਕਹਿੰਦੇ ਆ ਕਾਕਾ ਅਜਮੇਰ ਚੰਦ ਆ ਗਿਆ ਲੈ ਵੀ ਹੁਣ ਅਸੀਂ ਤੈਨੂੰ ਕੈਦ ਕਰਨ ਲੱਗੇ ਆ ਹੁਣ ਅਸੀਂ ਤੈਨੂੰ ਜੇਲ ਦੀਆਂ ਰੋਟੀਆਂ ਖਵਾਵਾਂਗੇ ਕਿਮ ਛੂਟਣ ਕੀ ਤਰਹੇ ਉਮੈਦ ਤੇ ਹੁਣ ਤੈਨੂੰ ਕੌਣ ਛੁਡਾਏਗਾ ਤੇਰਾ ਪਿਓ ਆ ਕੇ ਛੁਡਾ ਲੇਗਾ ਜਾਂ ਤੇਰੇ ਬਾਈ ਧਾਰ ਦੇ ਰਾਜੇ ਤੈਨੂੰ ਸਾਡੇ ਕੋਲੋਂ ਛੁਡਾ ਕੇ ਲੈ ਜਾਣਗੇ ਹਾਂਜੀ ਤੋਰ ਪਿਤਾ ਹੈ ਛਤਰ ਹਮਾਰਾ ਤੇਰੇ ਪਿਓ ਨੇ ਸਾਡੇ ਨਾਲ ਵਿਗਾੜ ਪਾਇਆ ਉਹ ਸਾਡੇ ਨਾਲ ਦੁਸ਼ਮਣੀ ਕਰਦਾ ਬਿਨਾਂ ਪ੍ਰਯੋਜਨ ਦੇ ਹਾਲਾਂਕਿ ਅਸੀਂ ਉਹਦਾ ਕੁਛ ਨਹੀਂ ਵਿਗਾੜਦੇ ਪਰ ਉਹ ਗੁਰੂ ਘਰ ਦੀ ਮਹਿਮਾ ਨੂੰ ਵੇਖ ਕੇ ਹੀ ਸਾਡਾ ਸ਼ਤਰੂ ਬਣਿਆ ਹੋਇਆ ਹੈ ਸਾਧ ਲਹੇ ਨਿਜ ਬੈਰ ਉਦਾਰਾ ਤੇ ਤੈਨੂੰ ਕੈਦ ਕਰਕੇ ਤੇਰੇ ਗੁਣ ਆਪਣੇ ਜੇਲ ਦੇ ਵਿੱਚ ਰੱਖ ਕੇ ਤੇਰੇ ਪਿਓ ਕੋਲੋਂ ਸਾਰੀਆਂ ਹੀ ਗੱਲਾਂ ਮਨਾਵਾਂਗੇ ਹੁਣ ਅਸੀਂ ਤੇਰਾ ਪਿਓ ਹੁਣ ਸਾਡੀ ਈਨ ਮੰਨੇਗਾ ਤੇ ਫਿਰ ਤੈਨੂੰ ਛੱਡਾਂਗੇ ਲੱਖ ਕੋ ਤਨ ਇਸ ਥਾਨ ਅਨਾਵੈ ਤੇ ਤੈਨੂੰ ਛੱਡਣ ਦੇ ਬਦਲੇ ਕਈ ਲੱਖ ਰੁਪਈਆ ਮੰਗਾਵਾਂਗੇ ਤੇਰਾ ਪਿਓ ਆਪੇ ਦੇਵਣ ਆਏਗਾ ਤੁਮ ਸੋ ਕਰਹਿ ਜਥਾ ਮਨ ਭਾਵੈ ਤੇ ਤੇਰੇ ਨਾਲ ਵੀ ਮਨ ਆਈਆਂ ਕਰਾਂਗੇ ਤੈਨੂੰ ਵੀ ਜਿਵੇਂ ਵੀ ਮਰਜ਼ੀ ਅਸੀਂ ਰੱਖੀ ਹੁਣ ਤੂੰ ਸਾਡੇ ਕਾਬੂ ਆ ਗਿਆ ਹੁਣ ਤੂੰ ਸਾਡੀ ਕੈਦ ਵਿੱਚ ਹੈ ਜੋਗਤ ਹੱਥ ਵਜ਼ੀਰ ਉਚਾਰੇ ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਹਾਸੀ ਨਾਲ ਹੀ ਕਹੇ ਸਨ ਪਰ ਡਰ ਗਿਆ ਵਜ਼ੀਰ ਹੱਥ ਜੋੜ ਕੇ ਕਹਿਣ ਲੱਗਾ ਨਿਰਭ ਸੁਤ ਆਇਓ ਸ਼ਰਨ ਤੁਮਾਰੇ ਇਹ ਗਰੀਬ ਨਵਾਜ ਰਾਜੇ ਦਾ ਪੁੱਤਰ ਤੁਹਾਡੀ ਸ਼ਰਨ ਆਇਆ ਹੈ ਜੇਤਕ ਰਾਜ ਸਮਾਜ ਕਨੇਰਾ ਹੇ ਮਹਾਰਾਜ ਸਾਡੇ ਕੋਲ ਜਿੰਨਾ ਵੀ ਰਾਜ ਸਮਾਜ ਹੈ ਸਗਰੋ ਬਖਸ਼ਿਓ ਰਾਵਰ ਕੇਰਾ ਇਹ ਸਭ ਤੁਹਾਡਾ ਹੀ ਬਖਸ਼ਿਆ ਹੋਇਆ ਹੈ ਇਹ ਸਭ ਗੁਰੂ ਘਰ ਦੀਆਂ ਬਖਸ਼ਿਸ਼ਾਂ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਬਖਸ਼ਿਸ਼ਾਂ ਹਨ ਮੈਂ ਤੁਮਰੋ ਜਬ ਕਹਿਓ ਬਖਾਨਿਓ ਮੈਂ ਗੁਰੂ ਜੀ ਤੁਹਾਡਾ ਕਿਹਾ ਜਦੋਂ ਰਾਜੇ ਭੀਮ ਚੰਦ ਨੂੰ ਜਾ ਕੇ ਦੱਸਿਆ ਤਤ ਛਿੰਨ ਭੀਮ ਚੰਦ ਨਿਰਪ ਮਾਨਿਓ ਰਾਜਾ ਭੀਮ ਚੰਦ ਨੇ ਉਸੇ ਵੇਲੇ ਬਚਨ ਮੰਨ ਲਿਆ ਰਾਜਾ ਭੀਮ ਚੰਦ ਤੁਹਾਡੇ ਬਚਨ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ ਉਹਨੇ ਤੁਹਾਡੇ ਬਚਨ ਤੇ ਫੁੱਲ ਚੜਾਏ ਹਨ ਗਏ ਅਪਰ ਮਗ ਕੋ ਕਰ ਕੂਚ ਕਿਉਂਕਿ ਆਪ ਜੀ ਰਸਤਾ ਦੇਣਾ ਨਹੀਂ ਚਾਹੁੰਦੇ ਫੌਜਾਂ ਸਮੇਤ ਲੰਘਣ ਨਹੀਂ ਦੇਣਾ ਚਾਹੁੰਦੇ ਪੌਂਟੇ ਤੋਂ ਇਸ ਕਰਕੇ ਰਾਜਾ ਭੀਮ ਚੰਦ ਦੂਸਰੇ ਰਸਤੇ ਥਾਣੀ ਹੋਰ ਕਿਸੇ ਰਸਤੇ ਰਾਹੀਂ ਸ੍ਰੀਨਗਰ ਨੂੰ ਚਲਾ ਗਿਆ ਹੈ ਵਿਆਹ ਸਮੇਂ ਨਹਿ ਪੁੱਤਰ ਮੁਕਹੂਚ ਕਿਉਂਕਿ ਵਿਆਹ ਦੇ ਸਮੇਂ ਤੇ ਲੜਕੇ ਦਾ ਪਹੁੰਚਣਾ ਜ਼ਰੂਰੀ ਹੈ ਲਾਵਾਂ ਦਾ ਟਾਈਮ ਹੈ ਸਮਾਂ ਹੈ ਉਹ ਸਮਾਂ ਸਾਹੇ ਦਾ ਕਿਤੇ ਨਿਕਲ ਨਾ ਜਾਵੇ ਲੜਕਾ ਸਮੇਂ ਨਾਲ ਸ੍ਰੀਨਗਰ ਪਹੁੰਚ ਜਾਵੇ ਇਹ ਅਸੀਂ ਇਸ ਰਸਤੇ ਥਾਣੀ ਲੈ ਕੇ ਜਾਣਾ ਚਾਹੁੰਦੇ ਹਾਂ ਜੇ ਤੁਸੀਂ ਸਾਨੂੰ ਬਖਸ਼ਿਸ਼ ਕਰੋ ਆਗਿਆ ਦਿਓ ਆਸ਼ੀਰਵਾਦ ਦਿਓ ਤੇ ਅਸੀਂ ਜਾ ਕੇ ਲੜਕੇ ਦਾ ਵਿਆਹ ਕਰ ਲਈਏ ਯਾ ਤੇ ਇਸ ਮਗ ਕਰਿਓ ਬਿਠਾਵਨ ਇਸ ਕਰਕੇ ਇਸ ਰਸਤੇ ਤੇ ਸਾਨੂੰ ਭੇਜਿਆ ਹੈ ਮੈਂ ਔਰ ਇਹ ਕਾਕਾ ਅਜਮੇਰ ਚੰਦ ਇਹ ਤੁਹਾਡੇ ਚਰਨਾਂ ਚ ਆਏ ਆ ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆ ਤੁਸੀਂ ਚਾਹੋ ਸਾਨੂੰ ਮਾਰੋ ਤੁਸੀਂ ਚਾਹੋ ਸਾਨੂੰ ਰੱਖੋ ਤੁਸੀਂ ਚਾਹੋ ਸਾਨੂੰ ਵਿਆਹ ਤੇ ਜਾਣ ਦਿਓ ਤੁਹਾਡੀ ਮਰਜ਼ੀ ਹੈ ਨਾ ਜਾਣ ਦਿਓ ਹੁਣ ਅਸੀਂ ਤੁਹਾਡੇ ਅਧੀਨ ਹਾਂ ਤੁਮ ਆਗੇ ਕਰ ਸੀਸ ਨਿਵਾਵਨ ਤੁਹਾਡੇ ਅੱਗੇ ਰਾਜੇ
ਭੀਮ ਚੰਦ ਨੇ ਸੀਸ ਝੁਕਾਇਆ ਤੇ ਅਸੀਂ ਵੀ ਸੀਸ ਝੁਕਾਨੇ ਆ, ਤੁਸੀਂ ਸਾਡੇ ਤੇ ਮਿਹਰ ਕਰੋ, ਦਇਆ ਕਰੋ, ਰਹਿਮ ਕਰੋ, ਸਾਨੂੰ ਵਿਆਹ ਦੇ ਟਾਈਮ ਦੇ ਲਈ ਸੱਚੇ ਪਾਤਸ਼ਾਹ ਜਾਣ ਦਿਓ, ਪਹੁੰਚ ਜਾਈਏ ਸਮੇਂ ਨਾਲ। ਬਿਰਧ ਕਿਰਪਾਲ ਆਪ ਕੋ ਸੁਣਿਓ, ਕਿਉਂਕਿ ਆਪ ਜੀ ਦਾ ਬਿਰਧ ਸੁਣਿਆ ਹੋਇਆ ਕਿ ਆਪ ਕਿਰਪਾਲੂ ਹੋ, ਸਦਾ ਹੀ ਦਿਆਲੂ, ਸਦ ਬਖਸ਼ਿੰਦ, ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਓ ਇਹ ਬਾਰੀ। ਮਹਾਰਾਜ ਆਪ ਜੀ ਦਾ ਬਿਰਧ ਹੈ, ਆਪ ਕਿਰਪਾਲੂ ਹੋ। ਗਿਰਪਤ ਕਛੂ ਨਾ ਮਨ ਮਹਿ ਗੁਣਿਓ, ਆਪ ਜੀ ਜੋ ਵੀ ਕਰਦੇ ਹੋ, ਆਪ ਜੀ ਦੀ ਕਿਸੇ ਗੱਲ ਦਾ ਵੀ ਅਸੀਂ ਗੁੱਸਾ ਨਹੀਂ ਕਰਦੇ। ਰਾਜੇ ਭੀਮ ਚੰਦ ਨੇ ਕੋਈ ਮਨ ਦੇ ਵਿੱਚ ਮਲਾਲ ਨਹੀਂ ਕੀਤਾ ਵੀ ਆਪ ਜੀ ਨੇ ਰਸਤਾ ਨਹੀਂ ਦਿੱਤਾ, ਕਿਉਂਕਿ ਆਪ ਜੀ ਮਾਲਕ ਹੋ, ਜੇ ਤੁਸੀਂ ਰਸਤਾ ਦੇ ਦਿੰਦੇ ਅਸੀਂ ਲੰਘ ਜਾਣਾ ਸੀ, ਜੇ ਨਹੀਂ ਦਿੱਤਾ ਤਾਂ ਵੀ ਭਲਾ, ਹੁਣ ਇੰਨੀ ਤਾਂ ਕਿਰਪਾ ਕਰ ਦਿਓ, ਕਾਕੇ ਅਜਮੇਰ ਚੰਦ ਨੂੰ ਤਾਂ ਸਮੇਂ ਸਿਰ ਵਿਆਹ ਤੇ ਪਹੁੰਚ ਜਾਣ ਦਿਓ। ਨਹੀਂ ਸੰਦੇਹ ਆਪ ਤੇ ਠਾਨਾ, ਮਹਾਰਾਜ ਕਿਸੇ ਤਰ੍ਹਾਂ ਦਾ ਵੀ ਕੋਈ ਮਨ ਵਿੱਚ ਸੰਸਾ ਨਹੀਂ ਹੈ, ਕਿਉਂਕਿ ਤੁਸੀਂ ਦਿਆਲੂ ਕਿਰਪਾਲੂ ਹੋ, ਤੁਹਾਡੇ ਤੇ ਕੋਈ ਸਾਨੂੰ ਸ਼ੱਕ ਨਹੀਂ ਵੀ ਤੁਸੀਂ ਸਾਡਾ ਨੁਕਸਾਨ ਕਰੋਗੇ। ਰਾਜੇ ਭੀਮ ਚੰਦ ਨੇ ਵੀ ਆਪ ਉੱਤੇ ਭਰੋਸਾ ਕਰਕੇ ਵੀ ਉਹ ਗੁਰੂ ਲੋਕ ਹਨ, ਕਿਸੇ ਦਾ ਬੁਰਾ ਕਰ ਨਹੀਂ ਸਕਦੇ, ਇਸੇ ਕਰਕੇ ਆਪਣਾ ਪਿਆਰਾ ਪੁੱਤਰ ਜਿਹੜਾ ਆਪਣੀ ਜਾਨ ਤੋਂ ਵੀ ਪਿਆਰਾ ਹੁੰਦਾ ਹੈ, ਉਹ ਪੁੱਤਰ ਮਹਾਰਾਜ ਤੁਹਾਡੇ ਕੋਲ ਭੇਜ ਦਿੱਤਾ ਹੈ। ਕਹਿਓ ਜਥਾ ਨੰਦਨ ਇਹ ਮੇਰੋ, ਇਹ ਬੇਨਤੀ ਕੀਤੀ ਹੈ ਰਾਜੇ ਭੀਮ ਚੰਦ ਨੇ ਕਿ ਮਹਾਰਾਜ ਅਜਮੇਰ ਚੰਦ ਮੇਰਾ ਪੁੱਤਰ ਨਹੀਂ, ਇਹ ਤੁਹਾਡਾ ਹੀ ਪੁੱਤਰ ਹੈ, ਜਿਹੋ ਜਿਹਾ ਮੇਰਾ ਪੁੱਤਰ ਹੈ ਉਹੋ ਜਿਹਾ ਤੁਹਾਡਾ ਪੁੱਤਰ ਹੈ। ਇਸ ਵਿਧੀ ਕਲਗੀ ਧਰ ਕੇਰੋ, ਜਿਵੇਂ ਮੇਰਾ ਪੁੱਤਰ ਹੈ ਉਵੇਂ ਹੀ ਇਹ ਕਲਗੀ ਧਰ ਦਾ ਪੁੱਤਰ ਹੈ। ਕਲਗੀ ਧਰ ਵੀ ਇਹਦੇ ਮਾਤਾ ਪਿਤਾ ਹਨ, ਕਿਉਂਕਿ ਉਹ ਸਾਡੇ ਸਾਰਿਆਂ ਦੇ ਗੁਰੂ ਹਨ, ਇਸ ਕਰਕੇ ਅਸੀਂ ਗੁਰੂ ਲੋਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਗੁਰੂ ਲੋਕ ਜਿਵੇਂ ਵੀ ਚਾਹਣ ਸਾਨੂੰ ਪ੍ਰਵਾਨ ਹੈ। ਜੇ ਤਿਸ ਪੰਥ ਨਾ ਪਠਵਤ ਪੂਤਨ, ਮਹਾਰਾਜ ਜੇ ਰਾਜਾ ਇਸ ਰਸਤੇ ਦੇ ਨਾ ਆਪਣੇ ਪੁੱਤਰ ਨੂੰ ਭੇਜਦਾ, ਇਸ ਰਸਤੇ ਥਾਣੀ ਨਾ ਜਾਈਏ ਅਸੀਂ, ਹੋਤ ਵਿਆਹ ਕੋ ਮਹਾ ਕਸੂਤਨ, ਤਾਂ ਵਿਆਹ ਵਿੱਚ ਬੜਾ ਕਸੂਤ ਹੋ ਜਾਣਾ, ਬੜਾ ਵਿਘਨ ਪੈ ਜਾਣਾ, ਕਿਉਂਕਿ ਤੁਹਾਨੂੰ ਪਤਾ ਵਿਆਹ ਦਾ ਇੱਕ ਟਾਈਮ ਹੁੰਦਾ, ਸਾਹਾ ਸੋਧਿਆ ਹੁੰਦਾ, ਸਾਰੇ ਇਕੱਠੇ ਹੋਏ ਹੁੰਦੇ ਨੇ, ਤੇ ਉਸ ਵਿਆਹ ਦੇ ਉੱਤੇ ਸਮੇਂ ਸਿਰ ਲੜਕਾ ਨਾ ਪਹੁੰਚੇ, ਲਾਵਾਂ ਫੇਰੇ ਨਹੀਂ ਹੋਣਗੇ, ਵਿਆਹ ਚ ਵਿਘਨ ਪੈ ਜਾਏਗਾ। ਜਾਏ ਸਮੈ ਤਿਸ ਲੈ ਅਬ ਫੇਰੇ, ਆ ਕਹਿੰਦੇ ਹੁਣ ਸਮੇਂ ਨਾਲ ਜਾਣਾ ਚਾਹੁੰਦੇ ਆ, ਤੁਸੀਂ ਸਾਨੂੰ ਆਗਿਆ ਦਿਓ ਤੇ ਜਾ ਕੇ ਅਸੀਂ ਕਾਕੇ ਅਜਮੇਰ ਚੰਦ ਦੇ ਫੇਰੇ ਕਰਾ ਲਈਏ। ਬਿਨਾਂ ਬਰਾਤ ਪਾ ਵਿਘਨ ਵਡੇਰੇ, ਬਿਨਾਂ ਬਰਾਤ ਦੇ ਬੜਾ ਵੱਡਾ ਵਿਘਨ ਪਏਗਾ, ਜੇ ਬਰਾਤ ਤਾਂ ਨਹੀਂ ਚੱਲੀ, ਕਿਉਂਕਿ ਬਰਾਤ ਤਾਂ ਦੂਸਰੇ ਰਸਤੇ ਥਾਣੀ ਲੰਘਣੀ ਹੈ, ਅਸੀਂ ਇਕੱਲੇ ਜਾਣਾ ਹੈ। ਇਹਦੇ ਵਿੱਚ ਵੀ ਸਾਨੂੰ ਲੱਗਦਾ ਵੀ ਬੜੀ ਨਮੋਸ਼ੀ ਵਾਲੀ ਗੱਲ ਹੈ ਵੀ ਵਿਆਹ ਦੇ ਵਿੱਚ ਪਿਓ ਹਾਜ਼ਰ ਨਾ ਹੋਵੇ, ਮਾਮਾ ਹਾਜ਼ਰ ਨਾ ਹੋਵੇ। ਕੇਸਰੀ ਚੰਦ ਮਾਮਾ ਸੀ, ਭੀਮ ਚੰਦ ਪਿਓ ਸੀ, ਤਾਂ ਇਹ ਜਿਹੜੇ ਸਾਡੇ ਪਰਿਵਾਰ ਵਾਸਤੇ ਹੈ ਤਾਂ ਨਮੋਸ਼ੀ ਦੀ ਗੱਲ, ਪਰ ਗੁਰੂ ਜੀ ਹੁਣ ਕੁਛ ਕਰ ਨਹੀਂ ਸਕਦੇ। ਇੰਨੀ ਮਿਹਰਬਾਨੀ ਕਰ ਦਿਓ ਵੀ ਸਾਨੂੰ ਕਾਕੇ ਨੂੰ ਅਜਮੇਰ ਚੰਦ ਨੂੰ ਜਾਣ ਦਿਓ। ਸੁਣ ਬੇਨਤੀ ਕੋ ਪ੍ਰਭੀ ਗਹਿਰੰ, ਮਹਾਰਾਜ ਸੱਚੇ ਪਾਤਸ਼ਾਹ ਰਾਜੇ
ਭੀਮ ਚੰਦ ਦੇ ਵਜ਼ੀਰ ਦੀ ਬੇਨਤੀ ਸੁਣ ਕੇ ਹੇਰਿਓ ਜੋਰਤ ਹਾਥ ਵਜ਼ੀਰ ਵਜ਼ੀਰ ਦੇ ਜੁੜੇ ਹੋਏ ਹੱਥਾਂ ਵੱਲ ਵੇਖਿਆ ਨਿਰਭ ਸੁਤ ਜਥਾ ਨੰਮਰ ਹੋਏ ਰਹੇ ਹੋ ਤੇ ਰਾਜੇ ਦਾ ਪੁੱਤਰ ਅਜਮੇਰ ਚੰਦ ਵੀ ਹੱਥ ਜੋੜ ਕੇ ਸਿਰ ਝੁਕਾ ਕੇ ਖਲੋਤਾ ਸੀ ਕਿਰਪਾ ਨਿਧਾਨ ਕਿਰਪਾ ਕਰ ਕਹਿਓ ਤੇ ਮਹਾਰਾਜ ਕਿਰਪਾ ਨਿਧਾਨ ਕਿਰਪਾ ਦੇ ਘਰ ਚ ਆ ਕੇ ਬੋਲੇ ਭੀਮ ਚੰਦ ਦਰੋਹੀ ਜਿਮ ਝੂਠਾ ਮਹਾਰਾਜ ਕਹਿਣ ਲੱਗੇ ਦੇਖ ਵਜ਼ੀਰ ਦੇਵੀ ਦਾਸ ਜਿਵੇਂ ਤੁਹਾਡਾ ਰਾਜਾ ਝੂਠਾ ਹੈ ਧੋਖੇਬਾਜ ਹੈ ਬੇਈਮਾਨ ਹੈ ਕਪਟੀ ਹੈ ਜੇ ਓਦਾਂ ਅਸੀਂ ਕਰੀਏ ਤੇ ਅਸੀਂ ਵੀ ਉਹੋ ਜਿਹੇ ਬਣ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਤੇਰਾ ਰਾਜਾ ਕਹਿੰਦੇ ਮਨ ਦਾ ਕਪਟੀ ਹੈ ਬੇਈਮਾਨ ਹੈ ਧੋਖਾ ਹੈ ਧੋਖੇਬਾਜ ਹੈ ਜੇ ਅਸੀਂ ਵੀ ਉਹਦੇ ਤਰ੍ਹਾਂ ਕਰੀਏ ਤਾਂ ਫਿਰ ਸਾਨੂੰ ਤਾਂ ਚਾਹੀਦਾ ਵੀ ਅਸੀਂ ਤੁਹਾਨੂੰ ਦੋਵਾਂ ਨੂੰ ਹੀ ਕੈਦ ਕਰ ਲਈਏ ਆਹ ਜਿਹੜੇ ਪੰਜ ਦਸ ਬਰਾਤੀ ਨਾਲ ਨੇ ਇਹਨਾਂ ਨੂੰ ਵੀ ਇੱਥੇ ਹੀ ਰੱਖ ਲਈਏ ਕਿਸੇ ਨੂੰ ਵੀ ਨਾ ਅਸੀਂ ਜਾਣ ਦਈਏ ਕਹਾ ਹੋਤ ਮਗ ਦੁੱਤੇ ਨਾਖਾ ਦੂਜੇ ਰਸਤੇ ਥਾਣੀ ਲੰਘ ਕੇ ਕੀ ਹੋ ਚੱਲਿਆ ਜੇ ਲੜਕਾ ਹੀ ਨਾ ਪਹੁੰਚਿਆ ਤੇ ਬਰਾਤ ਨੂੰ ਕੀ ਕਰੇਗਾ ਜੇ ਲੇਟ ਵੀ ਪਹੁੰਚ ਗਿਆ ਭੀਮ ਚੰਦ ਉੱਥੇ ਤੁਸੀਂ ਇੱਥੇ ਕੈਦ ਵਿੱਚ ਬੈਠੇ ਰਹੇ ਤੇ ਫਿਰ ਉਹ ਕੀ ਕਰੇਗਾ ਵਿਆਹ ਕਰ ਲਏਗਾ ਬਿਨਾਂ ਲਾੜੇ ਦੇ ਬਰਾਤ ਕਾਹਦੀ ਹੋਵੇਗੀ ਲਾੜਾ ਤੇ ਹੁਣ ਸਾਡੇ ਕਬਜ਼ੇ ਵਿੱਚ ਹੈ ਬਰਾਤ ਕਿਹੜੀ ਲੈ ਕੇ ਚੱਲਿਆ ਭੀਮ ਚੰਦ ਬਿਨ ਦੂਲੋ ਤੇ ਨਿਭਲ ਸਮਾਜਾ ਕਿਉਂਕਿ ਬਿਨਾਂ ਲਾੜੇ ਦੇ ਬਰਾਤ ਨਹੀਂ ਸੋਭਦੀ ਬਰਾਤ ਭਾਵੇਂ 500 ਬੰਦਾ ਹੋਵੇ 1000 ਬੰਦਾ ਹੋਵੇ ਜੇ ਸਿਹਰਿਆਂ ਵਾਲਾ ਹੀ ਨਾ ਹੋਵੇ ਕੁਛ ਤੇ ਬਰਾਤ ਕਾਹਦੀ ਤੋ ਕਹਿੰਦੇ ਵੀ ਇਹ ਜਿਹੜਾ ਲਾੜਾ ਹੈ ਤੇ ਹੁਣ ਸਾਡੀ ਕੈਦ ਵਿੱਚ ਹੈ ਤੇ ਤੁਸੀਂ ਦੱਸੋ ਬਈ ਬਰਾਤ ਕਿੱਥੇ ਲੈ ਕੇ ਜਾਓਗੇ ਕਹਤੇ ਕਹਾ ਮੇਲ ਗਣਰਾਜਾ ਕਹਿੰਦੇ ਇਹਨੇ ਮੇਲ ਕੀਤਾ ਇਕੱਠਾ ਰਾਜਿਆਂ ਦਾ 22 ਧਾਰ ਦੇ ਰਾਜੇ ਇਕੱਠੇ ਕੀਤੇ ਹੈ ਫਤਿਹ ਸ਼ਾਹ ਨੇ ਵੀ ਇਕੱਠੇ ਕੀਤੇ ਹੈ ਭੀਮ ਚੰਦ ਨੇ ਵੀ ਕੀਤੇ ਹੈ ਦੋਵੇਂ ਪਾਸੇ ਜਾਂਜੀ ਮਾਂਜੀ ਰਾਜੇ ਹੀ ਇਕੱਠੇ ਹੋਏ ਨੇ ਕੀ ਕਰਨਗੇ ਜਾਂਜੀ ਮਾਂਜੀ ਜੇ ਉੱਥੇ ਵਿਆਹ ਵਾਲਾ ਲੜਕਾ ਹੀ ਨਾ ਪਹੁੰਚਿਆ ਜਾਹੋ ਅਬ ਹੈ ਹਮ ਚੋਰਨ ਕਰਿਓ ਮਹਾਰਾਜ ਕਹਿੰਦੇ ਵਜ਼ੀਰ ਦੇਵੀ ਦਾਸ ਪਰ ਇਹ ਗੁਰੂ ਨਾਨਕ ਦਾ ਘਰ ਹੈ ਇਹ ਕਿਸੇ ਨਾਲ ਕਪਟ ਨਹੀਂ ਕਰ ਸਕਦਾ ਅਸੀਂ ਕਪਟੀ ਨਾਲ ਵੀ ਕਪਟ ਨਹੀਂ ਕਰ ਸਕਦੇ ਕਿਉਂਕਿ ਸਾਡਾ ਸੁਭਾਅ ਹੀ ਹੈ ਸਾਧੂ ਦੀ ਬਿਰਤੀ ਹੈ ਸਾਧੂ ਆਪਣਾ ਸੁਭਾਅ ਨਹੀਂ ਛੱਡਦਾ ਬਿੱਛੂ ਆਪਣੇ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦੇ ਤੇ ਸਾਧੂ ਬਚਾ ਕਰਨ ਦਾ ਸੁਭਾਅ ਨਹੀਂ ਛੱਡਦੇ ਮਹਾਰਾਜ ਕਹਿਣ ਲੱਗੇ ਜਾਓ ਚਲੇ ਜਾਓ ਅਸੀਂ ਛੱਡ ਦਿੰਦੇ ਹਾਂ ਤੁਹਾਨੂੰ ਨਿਰਭ ਕਰ ਤਬ ਕੋ ਔਰ ਨਹਿ ਕਰਿਓ ਅਸੀਂ ਰਾਜੇ ਦੀਆਂ ਕਰਤੂਤਾਂ ਪਿੱਛੇ ਨਹੀਂ ਜਾਣਾ ਰਾਜੇ ਦੇ ਕਰਮਾਂ ਵੱਲ ਨਹੀਂ ਜਾਣਾ ਮਹਾਰਾਜ ਕਹਿੰਦੇ ਜਿਹੋ ਜਿਹਾ ਰਾਜਾ ਹੈ ਨਾ ਉਹੋ ਜਿਹੇ ਅਸੀਂ ਨਹੀਂ ਬਣਨਾ ਸੁਣਤ ਵਜ਼ੀਰ ਆਦ ਹਰਖਾਏ ਇਹ ਸੁਣ ਕੇ ਵਜ਼ੀਰ ਅਤੇ ਉਹਦੇ ਨਾਲ ਜਿਹੜੇ 5-10 ਬੰਦੇ ਸੀ ਨਾ ਉਹਨਾਂ ਦੀ ਜਾਨ 'ਚ ਜਾਨ ਆ ਗਈ ਅਜਮੇਰ ਚੰਦ ਦਾ ਵੀ ਸਾਹ ਸਾਹ ਆ ਗਿਆ ਵੀ ਚਲੋ ਸ਼ੁਕਰ ਹੈ ਇੰਨਾ ਕਹਿ ਦਿੱਤਾ ਵੀ ਜਾਓ ਹਾਂਜੀ ਬਾਰ ਬਾਰ ਬੰਦਹੇ ਕਰ ਪਾਏ ਰਾਜੇ ਦਾ ਵਜ਼ੀਰ ਰਾਜੇ ਦਾ ਪੁੱਤਰ ਬਾਰ ਬਾਰ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਮੱਥੇ ਟੇਕੀ ਜਾਂਦੇ ਬਖਸ਼ ਲਓ ਮਹਾਰਾਜ ਕਿਰਪਾ ਕੀਤੀ ਧੰਨਵਾਦ ਮਹਾਰਾਜ ਸ਼ੁਕਰੀਆ ਤੁਹਾਡਾ ਮਹਾਰਾਜ ਇਉਂ ਹੀ ਕਹਿੰਦੇ ਹੈ ਧੰਨ ਧੰਨ ਗੁਰ ਕੋ ਕਹਿ ਚਾਲੇ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਏਦਾਂ ਕਹਿੰਦੇ ਹੋਏ ਵਜ਼ੀਰ ਦੇਵੀਦਾਸ ਤੇ ਅਜਮੇਰ ਚੰਦ ਬਰਾਤੀਆਂ ਨੂੰ ਲੈ ਕੇ ਤੁਰ ਪਏ ਮਨਹੋ ਮ੍ਰਿਤਕ ਕਰ ਕਿਰਪਾ ਜਵਾਲੇ ਉਹਨਾਂ ਦੇ ਵਿੱਚ ਇੰਨਾ ਇਵੇਂ ਹੋਇਆ ਉਹਨਾਂ ਨੂੰ ਵੀ ਜਿਵੇਂ ਮੁਰਦਿਆਂ 'ਚ ਜਾਨ ਪੈ ਗਈ ਹੋਵੇ ਮਰੇ ਹੀ ਪਏ ਸੀ ਜਦੋਂ ਮਹਾਰਾਜ ਨੇ ਆਖਿਆ ਨਾ ਅਜਮੇਰ ਚੰਦ ਵੀ ਹੁਣ ਅਸੀਂ ਤੈਨੂੰ ਆਪਣੀ ਕੈਦ 'ਚ ਰੱਖਾਂਗੇ
ਆਪਣੀ ਮਨ ਆਈਆਂ ਕਰਾਵਾਂਗੇ, ਤੇਰੇ ਪਿਓ ਕੋਲੋਂ ਲੱਖਾਂ ਰੁਪਈਆ ਲੈ ਕੇ ਫਿਰ ਤੈਨੂੰ ਛੱਡਾਂਗੇ, ਉਹ ਵੀ ਸਾਡੀ ਮਰਜ਼ੀ, ਛੱਡੀਏ ਕਿ ਨਾ ਛੱਡੀਏ। ਉਦੋਂ ਦੇ ਅਜਮੇਰ ਚੰਦ ਦੇ ਸਾਹ ਸੁੱਕ ਗਏ ਸਨ, ਉਦੋਂ ਦਾ ਅਜਮੇਰ ਚੰਦ ਘਬਰਾ ਗਿਆ ਸੀ, ਪਰ ਜਦੋਂ ਮਹਾਰਾਜ ਨੇ ਆਖਿਆ ਜਾਓ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਕਿਸੇ ਨਾਲ ਵੀ ਧੋਖਾ ਨਹੀਂ ਕੀਤਾ ਜਾਂਦਾ, ਕਿਸੇ ਨਾਲ ਅਸੀਂ ਕਪਟ ਨਹੀਂ ਕਰ ਸਕਦੇ, ਤਾਂ ਅਜਮੇਰ ਚੰਦ ਅਤੇ ਵਜ਼ੀਰ ਦੇਵੀ ਦਾਸ ਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਚੱਲ ਪਏ ਤੇ ਉਹਨਾਂ ਦੇ ਸਾਹ ਵਿੱਚ ਸਾਹ ਆ ਗਿਆ, ਜਿਵੇਂ ਮਰੇ ਹੋਏ ਸੀ ਜਿੰਦੇ ਹੋ ਗਏ। ਸ਼੍ਰੀ ਜਮਨਾ ਜਲ ਉਤਰੇ ਪਾਰ, ਜਮਨਾ ਦੇ ਜਲ ਤੋਂ ਪਾਰ ਉਤਰੇ ਹਨ। ਗਮਨੇ ਪੰਥ ਸ਼ੀਘਰਤਾ ਕਰ, ਔਰ ਬੜੀ ਛੇਤੀ ਨਾਲ ਸਾਧ ਸੰਗਤ ਜੀ ਇਹ ਸ੍ਰੀਨਗਰ ਗੜਵਾਲ ਦੇ ਰਾਹ ਚੱਲ ਪਏ। ਗਏ ਉਲੰਘ ਕਹਿ ਗਰਬਨ ਦੇਸ਼, ਔਰ ਸਾਧ ਸੰਗਤ ਜੀ ਪਹਾੜੀ ਇਲਾਕੇ ਸ੍ਰੀਨਗਰ ਵੱਲ ਜਾਂਦਿਆਂ ਬੜੇ ਬੜੇ ਉੱਚੇ ਪਹਾੜ ਆਉਂਦੇ ਨੇ, ਬੜੀਆਂ ਬੜੀਆਂ ਡੂੰਘੀਆਂ ਖੱਡਾਂ ਆਉਂਦੀਆਂ ਨੇ, ਬੜੇ ਬੜੇ ਜੰਗਲ ਆਉਂਦੇ ਨੇ ਰਸਤੇ ਵਿੱਚ, ਕਈ ਥਾਵਾਂ 'ਤੇ ਸ਼ੇਰ ਬਘਿਆੜ ਚੀਤੇ ਹਨ। ਉਹ ਰਸਤਾ ਬਹੁਤ ਭਿਆਨਕ ਰਸਤਾ ਹੈ, ਸ੍ਰੀ ਹੇਮਕੁੰਡ ਸਾਹਿਬ ਨੂੰ ਜਾਈਏ ਨਾ, ਹੁਣ ਵੀ ਸੜਕਾਂ ਸਾਧ ਸੰਗਤ ਜੀ ਬੜੀਆਂ ਭਾਵੇਂ ਵਧੀਆ ਬਣ ਗਈਆਂ, ਫਿਰ ਵੀ ਉਹ ਜਿਹੜਾ ਰਸਤਾ ਹੈ ਨਾ ਉਹ ਔਖਾ ਹੈ। ਉਸ ਜ਼ਮਾਨੇ ਸੜਕਾਂ ਥੋੜ੍ਹਾ ਸੀ, ਪੱਗ ਡੰਡੀਆਂ ਸਨ, ਉਹਨਾਂ ਪੱਗ ਡੰਡੀਆਂ 'ਤੇ ਤੁਰੇ ਜਾਂਦੇ ਹਨ। ਪਹੁੰਚੇ ਪੁਰ ਸ੍ਰੀਨਗਰ ਵਿਸ਼ੇਸ਼, ਔਰ ਇਹ ਸ੍ਰੀਨਗਰ ਜੋ ਗੜਵਾਲ ਟੀਰੀ ਰਿਆਸਤ ਦੀ ਰਾਜਧਾਨੀ ਹੈ, ਉੱਥੇ ਵਿਆਹ ਤੋਂ ਪਹਿਲਾਂ ਪਹੁੰਚ ਗਏ ਹਨ। ਫਤਿਹ ਸ਼ਾਹ ਠਾਣਤ ਸਭ ਤਿਆਰੀ, ਅੱਗੇ ਰਾਜਾ ਫਤਿਹ ਸ਼ਾਹ ਬਰਾਤ ਦੀ ਸਵਾਗਤ ਦੀਆਂ ਤਿਆਰੀਆਂ ਕਰ ਰਿਹਾ ਸੀ। ਹਿਰਦੈ ਪ੍ਰਤੀਖ ਬਰਾਤ ਹੋਏ ਭਾਰੀ, ਤੇ ਉਡੀਕ ਰਿਹਾ ਸੀ ਵੀ ਬੜੀ ਵੱਡੀ ਬਰਾਤ ਆਏਗੀ, ਹਜ਼ਾਰਾਂ ਬਰਾਤੀ ਆਉਣਗੇ, ਹਾਥੀ ਘੋੜੇ ਆਉਣਗੇ, ਬੜਾ ਲਾਮ ਲਸ਼ਕਰ ਲੈ ਕੇ ਰਾਜਾ ਭੀਮ ਚੰਦ ਆ ਰਿਹਾ ਹੈ। ਉਹਨੇ ਓਡੀ ਵੱਡੀ ਪੱਧਰ ਦੀ ਤਿਆਰੀ ਕੀਤੀ ਹੋਈ ਸੀ ਸਵਾਗਤ ਵਾਸਤੇ। ਦੁਦੰਬ ਆਦਿ ਵਜੇ ਬਹੁ ਬਾਜੇ, ਬੜੇ ਨਗਾਰੇ ਤੇ ਸ਼ਹਿਨਾਈਆਂ ਤੇ ਹੋਰ ਰਣ ਸਿੰਘੇ ਵੱਜਣਗੇ। ਇਹ ਗਨ ਸੈਲਨ ਕੇ ਰਾਜੇ, ਔਰ ਬਾਈ ਧਾਰ ਦੇ ਰਾਜੇ ਆਉਣਗੇ। ਮੇਰੇ ਘਰ ਭੀਮ ਚੰਦ ਆਏਗਾ, ਕਿਰਪਾਲ ਚੰਦ ਆਏਗਾ, ਕੇਸਰੀ ਚੰਦ ਆਏਗਾ, ਗੋਪਾਲ ਚੰਦ ਆਏਗਾ, ਫਲਾਉਣੇ ਫਲਾਉਣੇ ਰਾਜੇ ਆਉਣਗੇ। ਇਉਂ ਉਡੀਕਾਂ ਕਰ ਰਿਹਾ ਸੀ ਫਤਿਹ ਸ਼ਾਹ ਬੜੀਆਂ ਰੀਝਾਂ ਦੇ ਨਾਲ। ਉਤਸਵ ਕੋ ਜਿਤ ਵਦ ਬਹੁ ਭਾਂਤੀ, ਔਰ ਬੜੇ ਵੱਡੇ ਉਤਸਵ ਹੋਣਗੇ, ਬੜੇ ਵੱਡੇ ਸਮਾਗਮ ਹੋਣਗੇ, ਕਿਤੇ ਨਾਚ ਗਾਣਾ ਹੋਵੇਗਾ, ਕਿਤੇ ਵਾਜੇ ਸਭ ਵੱਜਣਗੇ, ਕਿਤੇ ਖਾਣਾ ਦਾਣਾ ਹੋਵੇਗਾ। ਉਹ ਜਿੰਨਾ ਵੀ ਰਾਜਿਆਂ ਮਹਾਰਾਜਿਆਂ ਦੇ ਵਿਆਹ ਵਿੱਚ ਹੋਣਾ ਚਾਹੀਦਾ ਉਹ ਉਹਨਾਂ ਨੇ ਤਿਆਰੀਆਂ ਕੀਤੀਆਂ ਹੋਈਆਂ ਸਨ। ਅਧਿਕ ਮੇਲ ਯੁਗ ਸੀਤਲ ਛਾਤੀ, ਬੜਾ ਮੇਲ ਇਕੱਠਾ ਕੀਤਾ ਸੀ ਰਾਜੇ ਫਤਿਹ ਸ਼ਾਹ ਨੇ। ਜਿਵੇਂ ਬਰਾਤ ਬੜੀ ਵੱਡੀ ਰਾਜਿਆਂ ਮਹਾਰਾਜਿਆਂ ਦੀ ਆ ਰਹੀ ਸੀ, ਉਧਰ ਫਤਿਹ ਸ਼ਾਹ ਦੇ ਮੇਲੇ ਵੀ ਬੜੇ ਬੜੇ ਵੱਡੇ ਰਾਜੇ ਮਹਾਰਾਜੇ ਨਵਾਬ ਲੋਕ ਆਏ ਹੋਏ ਸਨ। ਇਤਨੇ ਵਿਖੇ ਵਜ਼ੀਰ ਪਹੁੰਚਾ, ਇੰਨੇ ਨੂੰ ਵਜ਼ੀਰ ਦੇਵੀ ਦਾਸ ਕੱਲਾ ਹੀ ਪਹੁੰਚ ਗਿਆ। ਦੇਖਿਓ ਸਭਾ ਥਿਰਿਓ ਸਭ ਉੱਚਾ, ਕਹਿੰਦੇ ਸਾਰਿਆਂ ਤੋਂ ਉੱਚੀ ਸਭਾ ਵਿੱਚ ਬੈਠਾ ਰਾਜਾ ਫਤਿਹ ਸ਼ਾਹ ਨਜ਼ਰ ਆਇਆ। ਸਮਧੀ ਗੋਬਰ ਦਾਨ ਨਿਹਾਰਿਓ, ਜਦੋਂ ਫਤਿਹ ਸ਼ਾਹ ਨੇ ਵੇਖਿਆ ਕਿ ਮੇਰੇ ਕੁੜਮ ਦਾ ਵਜ਼ੀਰ ਆਇਆ ਹੈ। ਨਮੋ ਕਰਤ ਬਹੁ ਕਹੁ ਬਹੁ ਸਤਿਕਾਰਿਓ, ਬੜਾ ਉਹਨਾਂ ਸਤਿਕਾਰ ਕੀਤਾ ਜੀ ਆਇਆਂ ਨੂੰ, ਕਿਉਂਕਿ ਉਸ ਜ਼ਮਾਨੇ ਵਿੱਚ ਲੜਕੀ ਵਾਲੇ ਲੜਕੇ ਵਾਲਿਆਂ ਦਾ ਜ਼ਿਆਦਾ ਸਤਿਕਾਰ ਕਰਿਆ ਕਰਦੇ ਸੀ। ਹੁਣ ਤੱਕ ਪੰਜਾਬ ਦਾ ਕਲਚਰ ਇਹ ਰਿਹਾ ਹੈ ਵੀ ਲੜਕੇ ਵਾਲਿਆਂ ਦੇ ਅੱਗੇ ਲੜਕੀ ਵਾਲੇ ਸਿਰ ਝੁਕਾਉਂਦੇ ਸਨ,
ਬੜਾ ਸਤਿਕਾਰ ਮਾਣ ਇੱਜ਼ਤ ਕੀਤੀ ਹੈ। ਕਹੋ ਸੁਧ ਕਿਤ ਬਰਾਤ ਸਮਦਾਈ। ਹਾਂ ਸੁਣਾਓ ਵਜ਼ੀਰ ਜੀ, ਬਰਾਤ ਕਿੱਥੇ ਕੁ ਪਹੁੰਚ ਗਈ ਹੈ, ਕਦੋਂ ਕੁ ਆ ਰਹੀ ਹੈ ਬਰਾਤ? ਮਾਨਵ ਪਠਿਓ ਨਾ ਕੋ ਅਗਵਾਈ। ਆਪ ਜੀ ਆਪ ਆਏ ਹੋ ਇਕੱਲੇ, ਪਹਿਲਾਂ ਕੋਈ ਬੰਦਾ ਭੇਜ ਦੇਣਾ ਸੀ, ਸਾਨੂੰ ਪਤਾ ਲੱਗ ਜਾਂਦਾ ਵੀ ਬਰਾਤ ਕਿੱਥੇ ਆਈ ਹੈ। ਸੁਣ ਵਜ਼ੀਰ ਸਭ ਗਾਥਾ ਕਹੀ। ਇਹ ਸੁਣ ਕੇ ਵਜ਼ੀਰ ਦੇਵੀ ਦਾਸ ਨੇ ਰਾਜੇ ਫਤਿਹ ਸ਼ਾਹ ਨੂੰ ਸਾਰੀ ਕਹਾਣੀ ਸੁਣਾਈ। ਕਹਿਣ ਲੱਗਾ, ਰਾਜਾ ਜੀ ਕੀ ਦੱਸੀਏ, ਰਸਤੇ ਵਿੱਚ ਬੜਾ ਵੱਡਾ ਵਿਘਨ ਪਿਆ ਹੈ। ਨਿਕਟ ਬਰਾਤ ਪਹੁੰਚਤ ਨਹੀਂ। ਵਿਆਹ ਦੇ ਦਿਨ ਤੇ ਬਰਾਤ ਨਹੀਂ ਪਹੁੰਚ ਸਕਦੀ, ਬਰਾਤ ਦੇਰੀ ਨਾਲ ਆਵੇਗੀ। ਪਰਿਓ ਪੰਥ ਮਹਿ ਵਿਘਨ ਵਿਸਾਲਾ। ਕਿਉਂਕਿ ਰਸਤੇ 'ਚ ਬੜਾ ਵੱਡਾ ਵਿਘਨ ਪਿਆ ਹੈ। ਕਲਗੀ ਧਰ ਰੋਕੇ ਨ੍ਰਿਪ ਜਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀ ਧਰ ਜੀ ਨੇ 22 ਧਾਰ ਦੇ ਰਾਜਿਆਂ ਦੀ ਬਰਾਤ ਪੌਂਟੇ ਰੋਕ ਲਈ ਹੈ। ਭੀਮ ਚੰਦ ਦੀ ਬਰਾਤ ਨੂੰ ਅੱਗੇ ਨਹੀਂ ਆਉਣ ਦਿੱਤਾ। ਇੱਕ ਨਰ ਪੀਨ ਹੈ ਉਲਗਣ ਦੀਨੋ। ਇੱਕ ਬੰਦਾ ਵੀ ਨਹੀਂ ਲੰਘਣ ਦਿੱਤਾ ਗੁਰੂ ਨੇ, ਇਸ ਕਰਕੇ ਨਹੀਂ ਲੰਘਣ ਦਿੱਤਾ ਕਿ ਤੁਸੀਂ ਫੌਜਾਂ ਲੈ ਕੇ ਨਹੀਂ ਜਾ ਸਕਦੇ, ਤੁਸੀਂ ਬਰਾਤੀ ਲੈ ਕੇ ਜਾਓ। ਕਿਉਂਕਿ ਇਹਨਾਂ ਦੇ ਮਨ 'ਚ ਬੇਈਮਾਨੀ ਸੀ, ਸਾਰੇ ਰਾਜੇ ਆਪੋ ਆਪਣੀਆਂ ਸਾਰੀਆਂ ਫੌਜਾਂ ਲੈ ਕੇ ਗਏ ਸਨ, ਇਸ ਕਰਕੇ ਵੀ ਪਹਿਲਾਂ ਵਿਆਹ ਕਰਾਂਗੇ, ਆਉਂਦਿਆਂ ਗੁਰੂ ਦਾ ਡੇਰਾ ਲੁੱਟਾਂਗੇ। ਇਸ ਕਰਕੇ ਦਸਵੇਂ ਪਾਤਸ਼ਾਹ ਜਾਣੀ ਜਾਣ ਸਨ, ਉਹਨਾਂ ਨੇ ਆਖਿਆ ਜਿਹੜੇ ਤੁਸੀਂ ਆਉਂਦਿਆਂ ਸਾਡੇ ਨਾਲ ਕਰਨੀ ਹੈ, ਅਸੀਂ ਤੁਹਾਨੂੰ ਰਸਤਾ ਕਿਵੇਂ ਦੇਈਏ? ਅਤੇ ਉਹ ਕਹਿੰਦੇ ਇਸ ਕਰਕੇ ਸਾਡਾ ਇੱਕ ਵੀ ਬੰਦਾ ਗੁਰੂ ਨੇ ਲੰਘਣ ਨਹੀਂ ਦਿੱਤਾ। ਜਿਹੜੀ ਇਹ ਪਹਾੜੀ ਰਾਜਿਆਂ ਦੇ ਨਾਲ ਗੁਰੂ ਦੀ ਖਟਪਟ ਚੱਲ ਰਹੀ ਹੈ ਭੀਮ ਚੰਦ ਦੇ ਨਾਲ, ਗੁਰੂ ਨੇ ਉਹ ਚੇਤੇ ਕਰਕੇ ਵੀ ਸਾਨੂੰ ਅਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਤੰਗ ਕਰਦੇ ਸੀ, ਇੱਥੇ ਪੌਂਟੇ 'ਚ ਵੀ ਸਾਨੂੰ ਅੱਖਾਂ ਵਿਖਾਉਂਦੇ ਨੇ, ਇਸ ਕਰਕੇ ਗੁਰੂ ਨੇ ਰਸਤਾ ਨਹੀਂ ਦਿੱਤਾ। ਦੀਨ ਹੋਏ ਹਮ ਬੈਨ ਬਖਾਨਿਓ। ਕਹਿੰਦੇ ਹੇ ਰਾਜਾ ਫਤਿਹ ਸ਼ਾਹ ਜੀ, ਫਿਰ ਮੈਂ ਅਤੇ ਕਾਕਾ ਅਜਮੇਰ ਚੰਦ 5-4 ਬੰਦੇ ਨਾਲ ਲੈ ਕੇ ਗੁਰੂ ਦੀਆਂ ਮਿੰਨਤਾਂ ਤਰਲੇ ਕੀਤੇ ਹਨ। ਨੀਠ ਨੀਠ ਕਰ ਦੁਲਹ ਆਨਿਓ। ਬੜੀ ਮੁਸ਼ਕਲ ਨਾਲ ਵਿਆਹ ਤੇ ਟਾਈਮ ਤੇ ਪਹੁੰਚ ਜਾਈਏ, ਮੈਂ ਆਇਆ ਹਾਂ ਤੇ ਨਾਲ ਸਾਡਾ ਕਾਕਾ ਲਾੜਾ ਜਿਹੜਾ ਹੈ ਅਜਮੇਰ ਚੰਦ ਆਇਆ ਹੈ। ਸਾਹਾ ਸਮੇਂ ਨਾ ਡਰ ਕਰ ਜਾਈ। ਇਹ ਸੋਚ ਕੇ ਅਸੀਂ ਗੁਰੂ ਤੋਂ ਰਸਤਾ ਮੰਗਿਆ, ਇਹ ਇਕੱਲੇ ਅਸੀਂ ਆਏ ਵੀ ਸਾਹੇ ਦਾ ਜਿਹੜਾ ਵਿਆਹ ਦਾ ਟਾਈਮ ਹੈ ਉਹ ਨਾ ਟਲ ਜਾਵੇ। ਯਾ ਤੇ ਪਹੁੰਚਿਓ ਠਾਣਿਓ ਪਾਈ। ਬੜੀ ਮੁਸ਼ਕਲ ਨਾਲ ਇਕੱਲੇ ਅਸੀਂ ਪਹਾੜੀ ਰਸਤਿਆਂ ਵਿੱਚੋਂ ਲੰਘਦੇ ਪਹੁੰਚੇ ਹਾਂ। ਬਹਿਰ ਜਮਾਤਾ ਬੈਠਿਓ ਆਏ। ਤੁਹਾਡਾ ਜਵਾਈ ਬਾਹਰ ਇਕੱਲਾ ਹੀ ਬੈਠਾ ਹੈ, ਬਿਨਾਂ ਬਰਾਤ ਦੇ ਅਜਮੇਰ ਚੰਦ ਬੈਠਾ ਹੈ। ਸਾਦਰ ਆਨ ਹੋ ਸ਼ਗਨ ਮਨਾਏ। ਤੇ ਤੁਸੀਂ ਹੁਣ ਆਪਣੇ ਬੰਦੇ ਭੇਜੋ ਸਤਿਕਾਰ ਦੇ ਨਾਲ, ਸ਼ਗਨਾਂ ਦੇ ਨਾਲ ਲਾੜੇ ਨੂੰ ਲੈ ਕੇ ਆਓ, ਤੇ ਜਿਹੜਾ ਬਰਾਤ ਦਾ ਜਾਂ ਲਾੜੇ ਦਾ ਸਵਾਗਤ ਕਰਨਾ ਉਹ ਕਰ ਲਓ। ਸਭ ਗਿਰੇ ਨਾਥ ਬਰਾਤ ਬਡੇਰੀ। ਬਾਕੀ ਸਾਰੀ ਬਰਾਤ 22 ਧਾਰ ਦੇ ਰਾਜਿਆਂ ਦੀ ਗਏ ਦੂਸਰੇ ਮਾਰਗ ਨੇਰੀ। ਉਹ ਦੂਸਰੇ ਰਸਤੇ ਚਲੇ ਗਏ ਨੇ, ਉਹ ਰਸਤਾ ਵੇਖ ਵੇਖ ਕੇ ਪੁੱਛ ਪੁਛਾ ਕੇ ਪਹਾੜਾਂ ਦੀਆਂ ਉੱਚੀਆਂ ਉੱਚੀਆਂ ਚੜਾਈਆਂ ਦੇ ਖੱਡਾਂ ਵਿੱਚੋਂ ਲੰਘਦੇ ਹੋਏ ਦੇਰੀ ਨਾਲ ਆਉਣਗੇ। ਕੇਤਕ ਦਿਨ ਮਹਿ ਪਹੁੰਚੇ ਆਈ। ਉਹ ਵਿਆਹ ਤੋਂ 1-2 ਦਿਨ 2-4 ਦਿਨ ਬਾਅਦ ਪਹੁੰਚਣਗੇ, ਕੁਝ ਦਿਨ ਲੱਗਣਗੇ ਉਹਨਾਂ ਨੂੰ, ਇੰਨੀ ਛੇਤੀ ਉਹ ਵਿਆਹ ਦੇ ਟਾਈਮ ਤੇ ਨਹੀਂ ਪਹੁੰਚ ਸਕਣਗੇ। ਤਬ ਕੀ ਜਹੇ ਜੈਸੇ ਮਨ ਪਾਈ। ਫਿਰ ਜਿੰਨੀ ਸੇਵਾ ਕਰਨੀ ਹੈ ਤੁਸੀਂ ਬਰਾਤ ਦੀ ਕਰ ਲਿਆ ਜੇ,
ਇੱਕ ਵਾਰੀ ਤੁਸੀਂ ਲਾਵਾਂ ਫੇਰਿਆਂ ਦੀ ਮਰਿਆਦਾ ਪੂਰੀ ਕਰ ਲਵੋ। ਫਤਿਹ ਸ਼ਾਹ ਸੁਣ ਦਹਿਲਿਓ ਐਸੇ, ਇਹ ਸੁਣ ਕੇ ਰਾਜਾ ਫਤਿਹ ਸ਼ਾਹ ਦਾ ਤਾਂ ਦਿਲ ਦਹਿਲ ਗਿਆ। ਜਦੋਂ ਕਿਸੇ ਰਾਜੇ ਨੇ ਕਿਸੇ ਵੀ ਬੰਦੇ ਨੇ ਆਪਣੀ ਬੱਚੀ ਦਾ ਵਿਆਹ ਰੱਖਿਆ ਹੋਵੇ ਅਤੇ ਬਰਾਤ ਨਾ ਆਵੇ, ਬੜੀ ਵੱਡੀ ਸਮੱਸਿਆ ਹੁੰਦੀ ਹੈ। ਤੇ ਰਾਜਾ ਫਤਿਹ ਸ਼ਾਹ ਦਾ ਤਾਂ ਦਿਲ ਦਹਿਲ ਗਿਆ, ਉਹਦਾ ਤਾਂ ਰੰਗ ਉੱਡ ਗਿਆ। ਸੁਖ ਤੇ ਥਰਿਓ ਚੋਟ ਲੱਗ ਜੈਸੇ, ਜਿਵੇਂ ਕਿਸੇ ਨੂੰ ਸੁਖ ਨਾਲ ਬੈਠੇ ਨੂੰ ਚੋਟ ਲੱਗ ਜਾਵੇ। ਕੋਈ ਆਰਾਮ ਨਾਲ ਬੈਠਾ ਤੇ ਉਹਨੂੰ ਇੱਕਦਮ ਕੋਈ ਚਪੇੜ ਮਾਰ ਦੇਵੇ, ਜਾਂ ਕੋਈ ਡਾਂਗ ਫੋਟਾ ਮਾਰ ਦੇਵੇ, ਜਾਂ ਕੋਈ ਸ਼ਸਤਰ ਮਾਰ ਦੇਵੇ, ਜਾਂ ਕੋਈ ਚੀਜ਼ ਉੱਪਰੋਂ ਡਿੱਗ ਕੇ ਲੱਗ ਜਾਵੇ ਤੇ ਉਹ ਇੱਕਦਮ ਹੈਰਾਨ ਹੱਕਾ ਬੱਕਾ ਜਿਹਾ ਰਹਿ ਜਾਂਦਾ ਵੀ ਇਹ ਕੀ ਬਣ ਗਿਆ। ਏਦਾਂ ਰਾਜਾ ਫਤਿਹ ਸ਼ਾਹ ਦਾ ਹਾਲ ਹੋ ਗਿਆ। ਬਿਗਨ ਵਿਆਹ ਮੈਂ ਜਾਣਿਓ ਹੋਵਾ, ਇੱਕਦਮ ਸਾਰੀਆਂ ਖੁਸ਼ੀਆਂ ਵਿੱਚ ਹੀ ਰਹਿ ਗਈਆਂ। ਬੜਾ ਵੱਡਾ ਵਿਘਨ ਵਿਆਹ ਵਿੱਚ ਪੈ ਗਿਆ ਹੈ। ਆਪਣੇ ਸਚਵਨ ਕੀ ਦਿਸ ਜੋਵਾ, ਰਾਜੇ ਫਤਿਹ ਸ਼ਾਹ ਨੇ ਵਜ਼ੀਰ ਦੇਵੀ ਦਾਸ ਦੀ ਸਾਰੀ ਗੱਲ ਸੁਣ ਕੇ ਆਪਣੇ ਮੰਤਰੀਆਂ ਵੱਲ ਵੇਖਿਆ, ਆਪਣੇ ਸਲਾਹਕਾਰਾਂ ਵੱਲ ਤੱਕਿਆ। ਕਹਿਓ ਜਾਹੋ ਸਭ ਦੁਲਹੋ ਪਾਸ, ਆਪਣੇ ਮੰਤਰੀਆਂ ਨੂੰ ਕਹਿਣ ਲੱਗਾ ਵੀ ਜਾਓ ਉੱਠੋ, ਤੁਸੀਂ ਹੁਣ ਤੁਸੀਂ ਲਾੜੇ ਦੇ ਕੋਲ ਜਾਓ, ਲਾੜੇ ਦਾ ਸਤਿਕਾਰ ਮਾਣ ਕਰੋ। ਅਨਹੋ ਕਰ ਸਨਮਾਨ ਆਵਾਸ, ਤੇ ਉਸ ਅਜਮੇਰ ਚੰਦ ਨੂੰ ਸਨਮਾਨ ਦੇ ਨਾਲ ਲੈ ਕੇ ਆਓ ਤੇ ਉਹਨੂੰ ਆਰਾਮ ਵਾਸਤੇ ਜਿੱਥੇ ਜੰਜ ਘਰ ਦੇ ਵਿੱਚ ਨਿਵਾਸ ਕਰਾਉਣਾ ਹੈ ਉੱਥੇ ਉਹਦਾ ਡੇਰਾ ਕਰਾਓ। ਤਿਆਰੀ ਅਪਰ ਸਗਰ ਠਹਿਰਾਵੋ, ਬਾਕੀ ਸਾਰੀ ਜਿਹੜੀ ਤਿਆਰੀ ਹੈ ਲਾਵਾਂ ਫੇਰਿਆਂ ਦੀ ਉਹ ਵੀ ਕਰਾਓ। ਜਦ ਨਿਰਭ ਆਵਹਿ ਤਬਹਿ ਸਜਾਵੋ, ਤੇ ਜਦੋਂ ਰਾਜਾ ਭੀਮ ਚੰਦ ਆਵੇਗਾ ਉਦੋਂ ਫਿਰ ਖਾਣ ਪੀਣ ਦਾ ਜਿਹੜਾ ਸਾਰਾ ਪ੍ਰੋਗਰਾਮ ਹੈ ਸਾਰੇ ਫੰਕਸ਼ਨ ਬਾਅਦ ਵਿੱਚ ਕਰਾਂਗੇ। ਸੁਣ ਕੇ ਸਭਿਨ ਮਨ ਮੁਰਝਾਇਓ, ਫਤਿਹ ਸ਼ਾਹ ਦੀ ਗੱਲ ਸੁਣ ਕੇ ਉਹਦਾ ਸਾਰਾ ਮੰਤਰੀ ਮੰਡਲ ਮੁਰਝਾ ਗਿਆ, ਸਾਰੇ ਸੋਚਾਂ ਚ ਪੈ ਗਏ। ਅੰਤ ਹੈ ਪੁਰ ਆਦਿਕ ਬਿਸਮਾਇਓ, ਰਾਜੇ ਫਤਿਹ ਸ਼ਾਹ ਦੀਆਂ ਰਾਣੀਆਂ ਵੀ ਹੈਰਾਨ ਰਹਿ ਗਈਆਂ, ਉਹਦੇ ਆਏ ਹੋਏ ਮੇਲ ਤੇ ਰਿਸ਼ਤੇਦਾਰ ਵੀ ਹੈਰਾਨ ਰਹਿ ਗਏ ਵੀ ਇਹ ਕੀ ਭਾਣਾ ਵਰਤ ਗਿਆ ਹੈ। ਵਿਆਹ ਦਾ ਸਮਾਂ ਖੁਸ਼ੀਆਂ ਨਾਲ ਆਇਆ ਸੀ ਤੇ ਇਹ ਰੰਗ ਵਿੱਚ ਭੰਗ ਪੈ ਗਈ ਹੈ। ਤੂਰਨ ਗਮਨੇ ਦੁਲਹੋ ਆਨਿਓ, ਕਹਿੰਦੇ ਫੇਰ ਮੰਤਰੀ ਜਿਹੜੇ ਸਨ ਫਤਿਹ ਸ਼ਾਹ ਦੇ ਪ੍ਰਧਾਨ ਬੰਦੇ ਮੁਖੀ ਮੁਖੀ ਬੰਦੇ ਉਹ ਗਏ ਤੇ ਲਾੜੇ ਅਜਮੇਰ ਚੰਦ ਨੂੰ ਲੈ ਕੇ ਆਏ ਸਨਮਾਨ ਦੇ ਨਾਲ। ਸੁੰਦਰ ਸਦਨ ਵਾਸ ਕੋ ਠਾਣਿਓ, ਔਰ ਬੜੇ ਸੋਹਣੇ ਮਕਾਨਾਂ ਵਿੱਚ ਅਜਮੇਰ ਚੰਦ ਦਾ ਨਿਵਾਸ ਕਰਾਇਆ ਗਿਆ। ਪਾਨ ਗ੍ਰਹਿਣ ਕੋ ਸਮੇਂ ਵਿਚਾਰਾ, ਜਦੋਂ ਹੁਣ ਲਾਵਾਂ ਦਾ ਸਮਾਂ ਹੋਇਆ, ਜਦੋਂ ਫੇਰੇ ਹੋਣੇ ਸਨ ਉਸ ਵੇਲੇ ਵੇਦੀ ਤੇ ਲਿਆ ਕੇ ਨਿਰਭ ਸੁਤ ਫੇਰੇ ਫਿਰ ਦਿਸ ਬਾਰਾ, ਫਤਿਹ ਸ਼ਾਹ ਦੇ ਦੀ ਬੇਟੀ ਤੇ ਭੀਮ ਚੰਦ ਦਾ ਬੇਟਾ ਅਜਮੇਰ ਚੰਦ ਇਹਨਾਂ ਦੇ ਫੇਰੇ ਕਰਾ ਦਿੱਤੇ ਟੈਮ ਨਾਲ। ਫਤਿਹ ਸ਼ਾਹ ਕੁਲ ਰੀਤ ਕਰਾਈ, ਰਾਜੇ ਫਤਿਹ ਸ਼ਾਹ ਨੇ ਕੁਲ ਰੀਤ ਜਿਹੜੀ ਸੀ ਜੋ ਉਹਨਾਂ ਦੇ ਪਰਿਵਾਰ ਦੀ ਰੀਤ, ਇੱਕ ਲੋਕਿਕ ਰੀਤ ਹੁੰਦੀ ਹੈ, ਇੱਕ ਵੈਦਿਕ ਰੀਤ ਹੁੰਦੀ ਹੈ। ਸਾਧ ਸੰਗ ਵੈਦਿਕ ਹੁੰਦੀ ਹੈ ਜੋ ਧਰਮ ਦੇ ਗ੍ਰੰਥਾਂ ਚ ਵਿਧਾਨ ਕੀਤੀ ਗਈ ਹੈ, ਤੇ ਕੁਲ ਰੀਤ ਹੁੰਦੀ ਹੈ ਜਿਹੜੀ ਘਰਾਂ ਦੇ ਵਿੱਚ ਵੱਖਰੇ ਵੱਖਰੇ ਪਰਿਵਾਰਾਂ ਦੀਆਂ ਵੱਖਰੀ ਵੱਖਰੀ ਜਾਤੀਆਂ ਦੇ ਵੱਖਰੇ ਵੱਖਰੇ ਗੋਤਾਂ ਦੇ ਆਪਣੇ ਆਪਣੇ ਤਰੀਕੇ ਵੀ ਹੁੰਦੇ ਆ, ਉਹ ਦੂਜਿਆਂ ਨਾਲ ਉਹਨਾਂ ਨੂੰ ਵੱਖਰਾ ਕਰਦੇ ਆ। ਕੁਝ ਚੀਜ਼ਾਂ ਹੁੰਦੀਆਂ ਜੇ ਸਧਾਰਨ ਧਰਮ ਹੁੰਦਾ, ਇੱਕ ਅਸਾਧਾਰਨ ਧਰਮ ਹੁੰਦਾ। ਸਧਾਰਨ ਧਰਮ ਹੁੰਦਾ ਸਾਂਝਾ ਹੀ, ਜਿਵੇਂ ਸਾਰੀ ਦੁਨੀਆਂ ਦਾ ਇੱਕ ਸਾਂਝਾ ਧਰਮ ਹੈ ਵੀ ਮੂੰਹ ਨਾਲ ਰੋਟੀ ਖਾਂਦੇ ਅਤੇ ਪੈਰਾਂ ਨਾਲ ਤੁਰਦੇ ਆ, ਇਹ ਸਧਾਰਨ ਧਰਮ ਹੈ। ਇੱਕ ਹੁੰਦਾ ਅਸਾਧਾਰਨ ਵੱਖਰਾ, ਉਹ ਆਪਣੇ ਪਰਸਨਲ ਪਰਿਵਾਰ ਦਾ ਹੁੰਦਾ। ਜਿਵੇਂ ਸਧਾਰਨ ਤੌਰ 'ਤੇ ਕਈ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਦੂਜੀਆਂ ਕੌਮਾਂ ਨਾਲ ਵੀ ਰਲਦੀਆਂ,
ਹਿੰਦੂਆਂ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ, ਉਹ ਸਾਂਝੇ ਤੌਰ 'ਤੇ ਦੋ ਪੈਰਾਂ ਨਾਲ ਤੁਰਦੇ ਹਾਂ, ਦੋ ਅੱਖਾਂ ਨਾਲ ਦੇਖਦੇ ਹਾਂ, ਦੋ ਕੰਨਾਂ ਨਾਲ ਸੁਣਦੇ ਹਾਂ, ਮੂੰਹ ਨਾਲ ਰੋਟੀ ਖਾਂਦੇ ਹਾਂ, ਸਾਹ ਲੈਂਦੇ ਹਾਂ, ਇਹ ਤਾਂ ਸਾਰਿਆਂ ਦਾ ਸਾਂਝਾ ਹੀ ਹੈ ਨਾ। ਇਹ ਸਧਾਰਨ ਧਰਮ ਹੈ। ਇੱਕ ਅਸਾਧਾਰਨ ਧਰਮ ਹੈ ਵੀ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਕੇਸ ਰੱਖਦੇ ਹਾਂ, ਸ਼ਸਤਰ ਪਹਿਨਦੇ ਹਾਂ, ਬਾਣੀ ਪੜ੍ਹਦੇ ਹਾਂ, ਸਾਡੀ ਰੀਤੀ ਰਿਵਾਜ਼ ਹੋਰ ਹੈ, ਦੂਜਿਆਂ ਦੀ ਹੋਰ ਹੈ, ਤੀਜਿਆਂ ਦੀ ਹੋਰ ਹੈ, ਉਹ ਅਸਾਧਾਰਨ ਹੁੰਦੀ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜੋ ਉਹਨਾਂ ਦੇ ਪਰਿਵਾਰਾਂ ਦੀਆਂ ਰੀਤਾਂ ਸੀ ਉਹਨਾਂ ਨੇ ਕੀਤੀਆਂ ਹਨ, ਜੋ ਬਜ਼ੁਰਗਾਂ ਨੇ ਦੱਸੀ ਉਹ ਕੁਲ ਰੀਤ ਸੀ, ਜੋ ਪੰਡਤਾਂ ਨੇ ਦੱਸੀ ਉਹ ਵੈਦਿਕ ਰੀਤ ਸੀ। ਉਹਦੇ ਮੁਤਾਬਕ ਵੈਦਿਕ ਰੀਤ ਵੀ ਕੀਤੀ ਗਈ ਤੇ ਕੁਲ ਰੀਤੀ ਵੀ ਕੀਤੀ ਗਈ। ਲੈਣ ਦੇਣ ਚੇਤਕ ਬਿਦ ਚੀਨੋ, ਔਰ ਲੈਣ ਦੇਣ ਜਿੰਨੇ ਪ੍ਰਕਾਰ ਦਾ ਹੁੰਦਾ ਹੈ ਵਿਆਹ ਦੇ ਵਿੱਚ ਉਹ ਵੀ ਕੀਤਾ, ਸਗਨ ਵਿਹਾਰ ਵੀ ਕੀਤਾ। ਫਤਿਹ ਸ਼ਾਹ ਦੋ ਦਿਸ਼ ਕੋ ਕੀਨੋ, ਰਾਜਾ ਫਤਿਹ ਸ਼ਾਹ ਨੂੰ ਦੋਵੇਂ ਪਾਸੇ ਦਾ ਕੰਮ ਕਰਨਾ ਪਿਆ, ਉਹਨੂੰ ਆਪਣੀ ਲੜਕੀ ਦਾ ਵਿਆਹ ਵੀ ਕਰਨਾ ਪਿਆ ਤੇ ਆਪਣੇ ਜਵਾਈ ਦਾ ਵੀ ਕਰਨਾ ਪਿਆ। ਕਹਿਣ ਦਾ ਮਤਲਬ ਸੀ ਵੀ ਜਿਹੜਾ ਕੰਮ ਰਾਜੇ ਭੀਮ ਚੰਦ ਨੇ ਦੇਖਣੇ ਸੀਗੇ ਉਹ ਵੀ ਉਹਨੂੰ ਆਪ ਹੀ ਦੇਖਣੇ ਪਏ। ਫਿਰ ਆਪਣੇ ਜਵਾਈ ਨੂੰ ਵੀ ਆਪਣੇ ਘਰ ਰੱਖਿਆ। ਗੁਰੂ ਕਰਮ ਕੋ ਚਿਤ ਬਨ ਕਿਓ, ਤੇ ਮਨ ਵਿੱਚ ਫਤਿਹ ਸ਼ਾਹ ਗੁਰੂ ਸਾਹਿਬ ਬਾਰੇ ਮਾੜਾ ਸੋਚਣ ਲੱਗ ਪਿਆ ਵੀ ਕੀ ਕੀਤਾ ਗੁਰੂ ਸਾਹਿਬ ਨੇ, ਸਾਡੀ ਬਰਾਤ ਰੋਕ ਲਈ ਹੈ, ਮੈਂ ਤਾਂ ਉਹਨਾਂ ਨੂੰ ਵਿਆਹ 'ਚ ਸੱਦਾ ਦਿੱਤਾ ਸੀ ਤੇ ਉਹ ਇੱਥੇ ਵੀ ਨਹੀਂ ਆਏ ਤੇ ਆਪ ਬਲਕਿ ਉਲਟਾ ਸਾਡੀ ਬਰਾਤ ਹੀ ਰੋਕ ਦਿੱਤੀ ਹੈ। ਸਮਦੀ ਸਹਿਤ ਬਰਾਤ ਗਰੇਸ਼ਾ, ਬਾਈ ਧਾਰ ਦੇ ਰਾਜਿਆਂ ਦੀ ਭੀਮ ਚੰਦ ਦੀ ਬਰਾਤ, ਕਰਤ ਪ੍ਰਤੀਖਣ ਰਹਿਤ ਹਮੇਸ਼ਾ, ਅਸੀਂ ਉਡੀਕ ਰਹੇ ਸਾਂ ਵੀ ਸੁੱਖਾਂ ਨਾਲ ਬਰਾਤ ਆਵੇਗੀ, ਵਾਜੇ ਗਾਜੇ ਵੱਜਣਗੇ, ਬੜਾ ਵੱਡਾ ਪ੍ਰੋਗਰਾਮ ਹੋਵੇਗਾ, ਪਰ ਸਾਡਾ ਤਾਂ ਸਾਰਾ ਪ੍ਰੋਗਰਾਮ ਧਰਿਆ ਧਰਾਇਆ ਹੀ ਰਹਿ ਗਿਆ, ਇਹ ਗੁਰੂ ਨੇ ਬੜਾ ਵੱਡਾ ਵਿਘਨ ਪਾ ਦਿੱਤਾ ਹੈ। ਨੰਦ ਚੰਦ ਗੁਰ ਪ੍ਰੋਹਤ ਦੋ, ਸਾਧ ਸੰਗਤ ਜੀ, ਇਹ ਜਿਹੜਾ ਰਾਜਾ ਫਤਿਹ ਸ਼ਾਹ ਸੀ ਇਸ ਤਰ੍ਹਾਂ ਸੋਚ ਰਿਹਾ ਸੀ, ਉਧਰੋਂ ਗੁਰੂ ਸਾਹਿਬ ਦਾ ਪ੍ਰੋਹਤ ਦਇਆ ਰਾਮ, ਪੰਡਿਤ ਦਇਆ ਰਾਮ ਅਤੇ ਦੀਵਾਨ ਨੰਦ ਚੰਦ, ਇਹ ਗੁਰੂ ਸਾਹਿਬ ਜੀ ਨੇ 500 ਸਿੱਖਾਂ ਦਾ ਜਥਾ ਦੇ ਕੇ ਪਾਉਂਟਾ ਸਾਹਿਬ ਤੋਂ 1.25 ਲੱਖ ਰੁਪਈਏ ਦਾ ਨਿਉਂਦਾ, ਜਿਹਨੂੰ ਤੰਬੋਲ ਕਹਿੰਦੇ ਆ, ਲੜਕੀ ਨੂੰ ਕੰਨਿਆ ਦਾਨ ਦੇਣ ਲਈ ਕਲਗੀਧਰ ਪਾਤਸ਼ਾਹ ਨੇ ਭੇਜਿਆ ਸੀ। ਬੜੇ ਬੜੇ ਕੀਮਤੀ ਕੱਪੜੇ, ਗਹਿਣੇ ਔਰ ਸੋਨੇ ਦੇ ਭਾਂਡੇ, ਚਾਂਦੀ ਦੇ ਥਾਲ, ਇੱਦਾਂ ਦੀਆਂ ਚੀਜ਼ਾਂ ਗੁਰੂ ਸਾਹਿਬ ਨੇ, ਗੁਰੂ ਨਾਨਕ ਦਾ ਘਰ ਵੱਡਾ ਹੈ ਅਤੇ ਵੱਡਿਆਂ ਦਾ ਦਾਨ ਵੀ ਵੱਡਾ ਹੁੰਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਆਪਣੀ ਬਾਣੀ 'ਚ ਇੱਕ ਜਗ੍ਹਾ 'ਤੇ ਦਸਮ ਗ੍ਰੰਥ ਸਾਹਿਬ 'ਚ ਲਿਖਦੇ ਨੇ, ਰੀਝ ਕੈ ਦਾਨ ਦਿਓ ਜਿਨ ਕੋ, ਤਿੰਨ ਮੰਗਣ ਕੋ ਨਾ ਕਹੂੰ ਮਨ ਕੀਨੋ। ਕਹਿੰਦੇ ਗੁਰੂ ਜਿਸ ਨੂੰ ਰੀਝ ਕੇ ਦਾਨ ਦੇ ਦਿੰਦਾ ਉਹਨੂੰ ਦੁਬਾਰਾ ਫਿਰ ਮੰਗਣ ਦੀ ਲੋੜ ਨਹੀਂ ਰਹਿੰਦੀ। ਸੋ ਇਸ ਤਰ੍ਹਾਂ ਗੁਰੂ ਕਲਗੀਧਰ ਖੁੱਲ੍ਹੇ ਹੱਥੀ ਦਾਨ ਕਰਿਆ ਕਰਦੇ ਸਨ, ਜੋ ਸਰਵੰਸ ਦਾਨੀ ਸਨ ਉਹਨਾਂ ਵਾਸਤੇ ਸਾਧ ਸੰਗਤ ਜੀ ਇਹ ਦਾਨ ਤਾਂ ਕੋਈ ਗੱਲ ਹੀ ਨਹੀਂ। ਉਹਨਾਂ ਨੇ 1.25 ਲੱਖ ਰੁਪਈਏ ਦਾ ਤੰਬੋਲ ਦੀਵਾਨ ਨੰਦ ਚੰਦ ਜੀ ਨੂੰ ਅਤੇ ਪੰਡਿਤ ਦਇਆ ਰਾਮ ਜੀ ਨੂੰ ਦੇ ਕੇ ਫਤਿਹ ਸ਼ਾਹ ਦੀ ਬੇਟੀ ਦੇ ਵਿਆਹ 'ਚ ਭੇਜਿਆ ਸੀ, ਕਿਉਂਕਿ ਫਤਿਹ ਸ਼ਾਹ ਨੇ ਗੁਰੂ ਸਾਹਿਬ ਨੂੰ ਬੁਲਾਇਆ ਸੀ ਵੀ ਮਹਾਰਾਜ ਮੇਰੀ ਬੇਟੀ ਦੇ ਵਿਆਹ 'ਤੇ ਆ ਕੇ ਦਰਸ਼ਨ ਦਿਓ। ਸਤਿਗੁਰੂ ਕਹਿਣ ਲੱਗੇ ਅਸੀਂ ਨਹੀਂ ਆ ਸਕਾਂਗੇ, ਕਿਉਂਕਿ ਇੱਕ ਤਾਂ ਇਹ ਹੈ ਵੀ ਸਾਡੇ ਨਾਲ ਸੰਗਤਾਂ ਹੀ ਬੜੀਆਂ ਆ ਜਾਂਦੀਆਂ, ਫੌਜਾਂ ਹੀ ਬੜੀਆਂ ਆ ਜਾਂਦੀਆਂ, ਵੀ ਤੁਸੀਂ ਬਰਾਤ ਦੀ ਸੇਵਾ ਕਰੋਗੇ, ਆਪਣੇ ਰਿਸ਼ਤੇਦਾਰਾਂ ਦੀ ਸੇਵਾ ਕਰੋਗੇ ਕਿ ਸਾਡੀ ਸੰਗਤ ਨੂੰ ਸਾਂਭੋਗੇ। ਦੂਜਾ ਕਾਰਨ ਇਹ ਹੈ ਵੀ ਤੁਹਾਡੇ ਕੁਝ ਰਾਜਿਆਂ ਨਾਲ ਸਾਡਾ ਮਨ ਮੁਟਾਵ ਚੱਲ ਰਿਹਾ। ਇਸ਼ਾਰਾ ਤਾਂ ਇਹ ਸੀ ਵੀ ਭੀਮ ਚੰਦ ਜਿਹੜਾ ਕੁੜਮ ਤੇਰੇ ਘਰ ਵਿਆਹਣ ਆ ਰਿਹਾ ਉਹਦੇ ਨਾਲ ਹੀ ਨਹੀਂ ਸਾਡੀ ਬਣਦੀ,
ਉਹ ਸਾਨੂੰ ਵੇਖੇ, ਅਸੀਂ ਉਹਨੂੰ ਵੇਖੀਏ। ਕੋਈ ਵਿਆਹ ਦੇ ਵਿੱਚ ਲੜਾਈ ਝਗੜਾ ਹੋ ਜਾਵੇ, ਅਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਘਰ ਕੋਈ ਕਲੇਸ਼ ਪਵੇ। ਇਸ ਕਰਕੇ ਅਸੀਂ ਆਪਣੇ ਸੇਵਾਦਾਰ ਭੇਜਾਂਗੇ। ਗੁਰੂ ਸਾਹਿਬ ਜੀ ਨੇ ਦੀਵਾਨ ਆਨੰਦ ਚੰਦ ਔਰ ਪੰਡਿਤ ਦਇਆ ਰਾਮ ਜੀ ਨੂੰ ਭੇਜਿਆ ਸੀ 500 ਯੋਧੇ ਸਿੱਖਾਂ ਦੀ ਫੌਜ ਦੇ ਕੇ, ਅਤੇ ਨਾਲ ਗੁਰੂ ਸਾਹਿਬ ਨੇ 125,000 ਦਾ ਤੰਬੋਲ ਭੇਜਿਆ। ਹੁਣ ਆਨੰਦ ਚੰਦ ਗੁਰਪੁਰੋਹਿਤ ਦੋਉ, ਹਾਂਜੀ ਸੁਣਿਓ ਪ੍ਰਸੰਗ ਕਿਸੇ ਤੇ ਸੋ, ਕਹਿੰਦੇ ਉਹਨਾਂ ਨੂੰ ਵੀ ਕਿਤੋਂ ਖਬਰ ਮਿਲ ਗਈ ਬਈ ਇਹ ਕੰਮ ਵਿਗੜ ਚੁੱਕਾ ਹੈ। ਬਦਿਓ ਬਖੇਰਾ ਹਿਰਦੈ ਵਿਚਾਰਾ, ਪੰਡਿਤ ਦਇਆ ਰਾਮ ਜੀ ਤੇ ਦੀਵਾਨ ਆਨੰਦ ਚੰਦ ਨੇ ਆਪਣੇ ਮਨ ਚ ਵਿਚਾਰ ਕੀਤੀ, ਕਹਿੰਦੇ ਵੀ ਬਖੇੜਾ ਵੱਧ ਗਿਆ ਹੈ। ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਨੇ ਬਰਾਤ ਰੋਕ ਲਈ ਹੈ, ਪੌਂਟੇ ਬਰਾਤ ਨਹੀਂ ਲੰਘਣ ਦਿੱਤੀ ਇਹਨਾਂ ਦੀ। ਇੱਕ ਦਿਨ ਗਏ ਭੂਪ ਦੇ ਦੁਆਰਾ, ਉਹ ਸਾਰੀ ਗੱਲ ਨੂੰ ਵਿਚਾਰ ਕੇ ਪੰਡਿਤ ਦਇਆ ਰਾਮ ਜੀ ਔਰ ਦੀਵਾਨ ਆਨੰਦ ਚੰਦ ਜੀ ਦੋਵੇਂ ਗੁਰੂ ਕੇ ਸਿੱਖ ਰਾਜੇ ਫਤਿਹ ਸ਼ਾਹ ਦੇ ਕੋਲ ਗਏ ਹਨ। ਸਾਦਰ ਆਪਣੇ ਨਿਕਟ ਬਿਠਾਏ, ਰਾਜੇ ਨੇ ਫਤਿਹ ਸ਼ਾਹ ਨੇ ਦੋਵਾਂ ਨੂੰ ਬੜੇ ਸਤਿਕਾਰ ਨਾਲ ਆਪਣੇ ਕੋਲ ਬਿਠਾ ਲਿਆ। ਦਇਆ ਰਾਮ ਕਹਿ ਵਾਕ ਸੁਣਾਏ, ਤੇ ਪੰਡਿਤ ਦਇਆ ਰਾਮ ਜੀ ਕਹਿਣ ਲੱਗੇ ਰਾਜੇ ਨੂੰ, ਪਠਿਓ ਤੰਬੋਲ ਗੁਰੂ ਪ੍ਰਭ ਜੋਈ। ਹੇ ਰਾਜਾ ਫਤਿਹ ਸ਼ਾਹ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਕੰਨਿਆ ਦਾਨ ਵਜੋਂ 125,000 ਦਾ ਨਿਉਂਦਰਾ ਭੇਜਿਆ ਹੈ, ਲੀਜਹਿ ਆਪ ਹਮਹੋ ਤੇ ਸੋਈ, ਉਹ ਤੁਸੀਂ ਸਾਡੇ ਕੋਲੋਂ ਗ੍ਰਹਿਣ ਕਰ ਲਓ, ਉਹ ਤੁਸੀਂ ਹੁਣ ਲੈ ਲਵੋ। ਬਹੁ ਦਿਨ ਪਏ ਇਹਾ ਚਲ ਆਏ, ਕਿਉਂਕਿ ਸਾਨੂੰ ਇੱਥੇ ਆਇਆ ਬਹੁਤ ਦਿਨ ਹੋ ਗਏ ਨੇ ਤੇ ਸਾਨੂੰ ਹੁਣ ਵਾਪਸ ਜਾਣਾ ਪੈਣਾ ਹੈ। ਦੇ ਕਰ ਤੁਮਕੋ ਚਹਿਤ ਸਿਧਾਏ, ਅਸੀਂ ਨਿਉਂਦਰਾ ਦੇ ਕੇ ਤੇ ਜਾਣਾ ਚਾਹੁੰਦੇ ਹਾਂ, ਜਿੰਨੀ ਛੇਤੀ ਹੋਵੇ ਅਸੀਂ ਜਾਣਾ ਚਾਹੁੰਦੇ ਹਾਂ। ਕਿਉਂਕਿ ਪੰਡਿਤ ਦਇਆ ਰਾਮ ਜੀ ਨੂੰ ਪਤਾ ਲੱਗ ਗਿਆ ਸੀ ਵੀ ਜਿਨ੍ਹਾਂ ਦੀ ਗੁਰੂ ਨੇ ਫੌਜ ਰੋਕੀ ਹੈ ਉਹ ਜਦੋਂ ਇੱਥੇ ਪਹੁੰਚਣਗੇ ਸਾਨੂੰ ਵੇਖਣਗੇ ਤੇ ਸਾਡੇ ਨਾਲ ਲੜਾਈ ਹੋਣੀ ਹੈ, ਸਾਨੂੰ ਮਾਰਨਗੇ। ਅਸੀਂ 500 ਆ, ਉਹ 5,000 ਤੋਂ ਵੀ ਜ਼ਿਆਦਾ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਨੇ, ਇੱਥੇ ਘਿਰ ਜਾਵਾਂਗੇ ਅਸੀਂ। ਇਸ ਕਰਕੇ ਪੰਡਿਤ ਦਇਆ ਰਾਮ ਅਤੇ ਦੀਵਾਨ ਆਨੰਦ ਚੰਦ ਜੀ ਸੋਚਦੇ ਆ ਵੀ ਹੁਣ ਇੱਥੋਂ ਨਿਕਲ ਚੱਲੀਏ ਅਤੇ ਆਪਣਾ ਜਿਹੜਾ ਜ਼ਿੰਮੇਵਾਰੀ ਸੀ ਉਹ ਨਿਭਾ ਚੱਲੀਏ। ਅਧਿਕ ਬਸਨ ਨੀਕੋ ਨਾ ਬਰਾਨੇ, ਹਾਂ ਕਹਿੰਦੇ ਬਹੁਤਾ ਲੰਮਾ ਸਮਾਂ ਬਗਾਨੀ ਥਾਂ ਤੇ ਵਸਣਾ ਠੀਕ ਨਹੀਂ ਹੁੰਦਾ। ਨਿਜ ਨਿਜ ਥਲ ਵਸਬੂ ਸਭ ਠਾਣੇ, ਆਪਣੇ ਆਪਣੇ ਘਰ ਹੀ ਸੁੱਖ ਹੁੰਦਾ ਹੈ, ਅਸੀਂ ਆਪਣੇ ਘਰ ਜਾਈਏ, ਤੁਸੀਂ ਜਿਹੜਾ ਨਿਉਂਦਰਾ ਹੈ ਉਹ ਸਵੀਕਾਰ ਕਰ ਲਵੋ। ਦਇਆ ਰਾਮ ਕੀ ਸੁਣ ਇਮ ਬਾਣੀ, ਦਇਆ ਰਾਮ ਪੰਡਿਤ ਤੋਂ ਇਹ ਗੱਲ ਸੁਣ ਕੇ ਫਤਿਹ ਸ਼ਾਹ ਵਿੱਚ ਸਭਾ ਬਖਾਣੀ, ਰਾਜਾ ਫਤਿਹ ਸ਼ਾਹ ਆਪਣੀ ਸਭਾ ਚ ਬੋਲਿਆ, ਲੈਣ ਦੇਣ ਕਾਰਜ ਦਿਸ ਕਾਲਾ, ਆ ਕਹਿਣ ਲੱਗਾ ਅਜੇ ਤਾਂ ਜੀ ਨਿਉਂਦਰਾ ਲੈਣ ਨੀ ਅਸੀਂ ਲੱਗੇ, ਜਦੋਂ ਨਿਉਂਦਰਾ ਲੈਣ ਦਾ ਟਾਈਮ ਆਵੇਗਾ ਸਾਰਾ ਭਾਈਚਾਰਾ ਇਕੱਠਾ ਹੋ ਕੇ ਬੈਠਾਂਗੇ, ਉਦੋਂ ਅਸੀਂ ਨਿਉਂਦਰਾ ਲਵਾਂਗੇ। ਸੋ ਤੋਂ ਨਹੀਂ ਕਯੋ ਦਰਹਾਲਾ, ਅਜੇ ਤੱਕ ਤਾਂ ਨਿਉਂਦਰਾ ਅਸੀਂ ਲਿਆ ਹੀ ਨਹੀਂ, ਅਸੀਂ ਲੈਣ ਦੇਣ ਦਾ ਅਜੇ ਕੋਈ ਕੰਮ ਕੀਤਾ ਹੀ ਨਹੀਂ। ਸਿਮਰਨ ਦਵੈਸ਼ ਪ੍ਰਥਮ ਗੁਰ ਕੀਨੇ, ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਾਜਾ ਭੀਮ ਚੰਦ ਦੇ ਨਾਲ ਪਿਛਲੀ ਦਵੈਸ਼ ਚੇਤੇ ਕਰਕੇ, ਰਾਜੇ ਭੀਮ ਚੰਦ ਦੀ ਬਰਾਤ ਨੂੰ ਪੌਂਟੇ ਸਾਨੂੰ ਲੰਘਣ ਨਹੀਂ ਦਿੱਤਾ, ਬਰਾਤ ਨੇ ਆਉਣਾ ਸੀ, ਗੁਰੂ ਕਿਆ ਨੇ ਰੋਕ ਲਿਆ ਹੈ। ਇਸ ਕਰਕੇ ਬਰਾਤ ਕੁਝ ਦਿਨ ਦੇਰੀ ਨਾਲ ਆਵੇਗੀ, ਲੈਣ ਦੇਣ ਹੋਏ ਹੈ ਵਿਦ ਸਾਰੀ, ਜਦੋਂ ਸਾਰਾ ਭਾਈਚਾਰਾ ਇਕੱਠਾ ਹੋ ਜਾਏਗਾ ਫਿਰ ਅਸੀਂ ਨਿਉਂਦਰਾ ਭਾਜੀ ਲਿਖਾਂਗੇ, ਕਿਉਂਕਿ ਇਹ ਤਾਂ ਆਪਣੇ ਘਰਾਂ ਵਿੱਚ ਵੀ ਰਿਵਾਜ ਹੁੰਦਾ ਸੀ
ਵੀ ਜਦੋਂ ਵਿਆਹ ਹੁੰਦੇ ਸੀ ਤੇ ਨਿਉਂਦਰਾ ਲਿਖਿਆ ਜਾਂਦਾ ਸੀ ਵਹੀ ਦੇ ਉੱਤੇ, ਫਲਾਣੇ ਬੰਦੇ ਨੇ 21 ਰੁਪਈਏ ਪਾਏ, ਫਲਾਣੇ ਨੇ 31, ਇੰਨਾ ਹੀ ਹੁੰਦਾ ਸੀ ਪੁਰਾਣਾ। ਤੇ ਉਹ ਜਿਹਨੇ ਪਾਏ ਹੁੰਦੇ ਸੀ ਨਾ, ਉਹਦੇ ਨਾਲੋਂ ਵਿਆਹ ਦੇ ਅੱਗੇ ਫਿਰ ਥੋੜਾ ਵਾਧਾ ਕਰਕੇ ਦੇਣਾ ਪੈਂਦਾ ਸੀ। ਜਿਵੇਂ ਸਾਡੇ ਵਿਆਹ ਤੇ ਕੋਈ 100 ਪਾ ਗਿਆ ਤੇ ਅਸੀਂ 150 ਜਾਂ 200 ਪਾਵਾਂਗੇ, ਇਹ ਨਿਉਂਦਰਾ ਹੁੰਦਾ ਸੀ, ਲਿਖਿਆ ਜਾਂਦਾ ਸੀ। ਉਹ ਭਾਈਚਾਰੇ 'ਚ ਬਹਿ ਕੇ ਰਾਜੇ ਮਹਾਰਾਜੇ ਵੀ ਲਿਖਦੇ ਸੀ, ਤਾਂ ਅਸੀਂ ਬੈਠਾਂਗੇ ਜਦੋਂ ਸਾਰੇ ਉਦੋਂ ਨਿਉਂਦਰਾ ਲਿਖਾਂਗੇ। ਜਦੋਂ ਦੋਵਾਂ ਪਾਸਿਆਂ ਦੇ ਰਾਜੇ ਮੇਲੀ ਵੀ ਜਾਂਜੀ ਵੀ ਇਕੱਠੇ ਹੋਵਾਂਗੇ ਸਾਰੇ, ਅਸੀਂ ਕਰਹੋ ਦਿਖਾਵਨ ਦੇਵਨ ਭਲੇ, ਉਦੋਂ ਤੁਸੀਂ ਵੀ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਲਿਆਂਦਾ ਹੋਇਆ ਨਿਉਂਦਾ ਦਿਖਾ ਕੇ ਲਿਖਵਾ ਦਿਆ ਜੇ, ਅਸੀਂ ਲੈ ਲਵਾਂਗੇ। ਹਮਰੀ ਆਰੇ ਗੁਰ ਕੀ ਵਡਿਆਈ, ਕਿਉਂਕਿ ਸਾਡੀ ਵੀ ਵਡਿਆਈ ਹੋਵੇਗੀ, ਇੱਜ਼ਤ ਬਣੇਗੀ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਇੰਨਾ ਨਿਉਂਦਰਾ ਭੇਜਿਆ ਹੈ, ਤੇ ਗੁਰੂ ਘਰ ਦੀ ਵੀ ਵਡਿਆਈ ਹੋਵੇਗੀ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਕੰਜੂਸੀ ਨਹੀਂ ਕੀਤੀ, 125,00 ਰੁਪਈਏ ਦਾ ਨਿਉਂਦਰਾ ਭੇਜਿਆ ਹੈ। ਸਦਕੇ ਹੇਰਤ ਵਧੇ ਸਵਾਈ, ਸਾਰੇ ਭਾਈਚਾਰੇ ਵਿੱਚ ਬਰਾਦਰੀ ਵਿੱਚ ਬਹਿ ਕੇ ਇੱਜ਼ਤ ਬਣੇਗੀ, ਵਡਿਆਈ ਹੋਵੇਗੀ, ਗੁਰੂ ਕਿਆਂ ਦੀ ਵੀ ਹੋਵੇਗੀ, ਸਾਡੀ ਵੀ ਹੋਵੇਗੀ। ਅਬ ਥੋੜੇ ਦਿਨ ਮਹਿ ਚਲ ਆਵੇ, ਹੁਣ ਥੋੜੇ ਦਿਨਾਂ ਦੇ ਵਿੱਚ ਹੀ ਬਸ ਬਰਾਤ ਆਉਣ ਵਾਲੀ ਹੈ, ਸੋ ਪੰਡਿਤ ਜੀ ਤੁਸੀਂ 2-4 ਦਿਨ ਹੋਰ ਰੁਕ ਜਾਓ। ਤੁਮਕੋ ਰੁਖਸਤ ਕਰਹੇ ਦਿਖਾਵਹਿ, ਅਸੀਂ ਤੁਹਾਨੂੰ ਬੜੇ ਸਨਮਾਨ ਨਾਲ ਵਿਦਾ ਕਰਾਂਗੇ। ਇਤਿਆਦਿਕ ਕਹਿ ਕਰ ਸਨਮਾਨੇ, ਇਸ ਤਰ੍ਹਾਂ ਰਾਜੇ ਫਤਿਹ ਸ਼ਾਹ ਨੇ ਬਹੁਤ ਸਨਮਾਨ ਦੇ ਨਾਲ ਬੇਨਤੀ ਕੀਤੀ ਪੰਡਿਤ ਦਇਆ ਰਾਮ ਜੀ ਨੂੰ ਔਰ ਗੁਰੂ ਘਰ ਦੇ ਦੀਵਾਨ ਨੰਦ ਚੰਦ ਜੀ ਨੂੰ। ਰੱਖੋ ਕੰਨੇ ਨਾਹਿਨ ਪਿਆਨੇ, ਕਹਿੰਦੇ ਕੋਲ ਹੀ ਰੱਖੋ, ਅਜੇ ਪਾਸ ਰੱਖੋ ਆਪਣੇ ਅਤਮੋਲ ਦਾ, ਤੇ ਜਾਓ ਨਾ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ 2-4 ਦਿਨ ਨੂੰ ਬਰਾਤ ਆਏਗੀ ਨਾ, ਫਿਰ ਅਸੀਂ ਤੁਹਾਡੇ ਕੋਲੋਂ ਸਗਨ ਦਾ ਜੋ ਵੀ ਤੁਸੀਂ ਲੈ ਕੇ ਆਏ ਉਹ ਤੰਬੋਲ ਨਿਉਂਦਰਾ ਲੈ ਲਵਾਂਗੇ। ਉੱਠ ਦੋਨੋਂ ਡੇਰੇ ਨਿਜ ਆਏ, ਸਾਧ ਸੰਗਤ ਜੀ ਰਾਜੇ ਫਤਿਹ ਸ਼ਾਹ ਦੀ ਗੱਲ ਸੁਣ ਕੇ ਦੀਵਾਨ ਆਨੰਦ ਚੰਦ ਤੇ ਪੁਰੋਹਿਤ ਦਇਆ ਰਾਮ ਜੀ, ਜਿੱਥੇ ਗੁਰੂ ਕੀਆਂ ਫੌਜਾਂ ਨੇ ਬਾਗ ਵਿੱਚ ਡੇਰਾ ਲਾਇਆ ਹੋਇਆ ਸੀ, ਇਹ ਵੀ ਪਿੱਛੇ ਕਥਾ ਆ ਚੁੱਕੀ ਹੈ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਹਿ ਕੇ ਭੇਜਿਆ ਸੀ ਵੀ ਸਾਵਧਾਨ ਰਹਿਣਾ ਤੇ ਜੇ ਕੋਈ ਔਖਾ ਸਮਾਂ ਬਣੇ ਤੇ ਸਾਨੂੰ ਯਾਦ ਰੱਖਣਾ। ਜਦੋਂ ਉੱਥੇ ਗਏ ਸੀ ਨਾ 500 ਸਿੱਖ ਤੇ ਦੀਵਾਨ ਆਨੰਦ ਚੰਦ ਤੇ ਪੰਡਿਤ ਦਇਆ ਰਾਮ ਜੀ ਨੂੰ ਰਾਜੇ ਫਤਿਹ ਸ਼ਾਹ ਨੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਮਹਿਲ ਅਤੇ ਰਹਿਣ ਸਹਿਣ ਵਾਸਤੇ ਖੁੱਲ੍ਹੀ ਥਾਂ ਸ਼ਹਿਰ ਦੇ ਵਿੱਚ ਦਿੱਤੀ ਸੀ, ਪਰ ਦੀਵਾਨ ਆਨੰਦ ਚੰਦ ਕਹਿਣ ਲੱਗਾ ਰਾਜਾ ਜੀ ਅਸੀਂ ਸ਼ਹਿਰ 'ਚ ਨਹੀਂ ਰਹਾਂਗੇ, ਕਿਉਂਕਿ ਸਾਡੇ ਕੋਲ ਜਿਹੜੀਆਂ ਗੁਰੂ ਦੀਆਂ ਫੌਜਾਂ ਨੇ ਇਹ ਬੜੀਆਂ ਬੇਪਰਵਾਹ ਨੇ, ਇਹ ਕਿਸੇ ਤੋਂ ਡਰਦੀਆਂ ਨਹੀਂ ਤੇ ਲੋਕਾਂ ਨਾਲ ਮਿੰਟ 'ਚ ਲੜ ਪੈਂਦੀਆਂ ਨੇ, ਆਪਸ 'ਚ ਵੀ ਲੜ ਪੈਂਦੇ, ਮੈਂ ਇੱਥੇ ਘੋੜਾ ਬੰਨਣਾ ਸੀ ਤੂੰ ਕਿਵੇਂ ਬੰਨ ਦਿੱਤਾ, ਆਹ ਘੋੜਾ ਤੇ ਮੇਰਾ ਇੱਥੇ ਲੱਗਾ ਸੀ ਤੂੰ ਕਿਵੇਂ ਲਾ ਤਾ, ਆਹ ਬਾਲਟੀ ਤੇ ਮੇਰੀ ਸੀ ਪਾਣੀ ਪਿਆਉਣ ਵਾਲੀ ਤੂੰ ਕਿਵੇਂ ਚੁੱਕ ਲਈ, ਇੰਨੀ ਗੱਲ ਤੋਂ ਪਾਣੀ ਪਿਆਉਣ ਤੋਂ ਤਾਂ ਲੜ ਪੈਂਦੇ ਆ, ਤੇ ਜੇ ਕਿਸੇ ਸ਼ਹਿਰ ਵਾਲੇ ਨਾਲ ਡਾਂਗ ਸੋਟਾ ਹੋ ਗਿਆ ਤੁਹਾਡੇ ਘਰ ਰੌਲਾ ਪੈ ਗਿਆ, ਅਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਅਸੀਂ ਸਿੱਖਾਂ ਨੂੰ ਵਾੜੀਏ, ਅਸੀਂ ਬਾਹਰ ਹੀ ਕਿਤੇ ਡੇਰਾ ਕਰਾਂਗੇ। ਉਹ ਤਾਂ ਇੱਕ ਬਹਾਨਾ ਸੀ, ਉਹ ਬਹਾਨਾ ਇਹ ਸੀ ਵੀ ਜੇ ਸ਼ਹਿਰ 'ਚ ਰਹਾਂਗੇ ਇੱਥੇ ਕੋਈ ਗੜਬੜ ਹੋ ਗਈ ਘੇਰੇ ਜਾਵਾਂਗੇ, ਅਸੀਂ ਬਾਹਰ ਕਿਤੇ ਖੁੱਲ੍ਹੀ ਥਾਂ 'ਤੇ ਰਹੀਏ ਜੇ ਲੋੜ ਪਵੇ ਤਾਂ ਲੜਾਂਗੇ ਤਾਂ ਸਹੀ ਬਹਾਦਰੀ ਨਾਲ। ਤੋ ਇਸ ਕਰਕੇ ਬਾਹਰ ਇੱਕ ਬਾਗ ਸੀਗਾ ਪੌਂਟੇ ਸਾਹਿਬ ਵਾਲੇ ਰਸਤੇ ਨੂੰ, ਜਿਹੜਾ ਸ੍ਰੀਨਗਰ ਤੋਂ ਪੌਂਟੇ ਸਾਹਿਬ ਨੂੰ ਰਸਤਾ ਆਉਂਦਾ ਸੀ, ਉਸ ਬਾਗ ਵਿੱਚ ਛਾਉਣੀ ਪਾਈ ਹੋਈ ਸੀ।
ਨਿਤ ਸੁਚੇਤ ਹੋਏ ਰਹਿਤ ਸਵਾਏ। ਇਹ ਉਹ ਗੁਰੂ ਸਾਹਿਬ ਨੇ ਕਹਿ ਕੇ ਘੱਲਿਆ ਸੀ ਵੀ ਸੁਚੇਤ ਰਹਿਣਾ, ਸਾਵਧਾਨ ਰਹਿਣਾ, ਤੇ ਇਹ ਸਾਵਧਾਨ ਹੀ ਰਹਿੰਦੇ ਸੀ, ਸੁਚੇਤ ਹੀ ਰਹਿੰਦੇ ਸੀ। ਕਾਚੀ ਮਤ ਇਨ ਸਕਲ ਪਹਾੜੀ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਇਹਨਾਂ ਪਹਾੜੀਆਂ ਦੀ ਮਤ ਕੱਚੀ ਹੈ, ਇਹਨਾਂ ਦੇ ਅੰਦਰ ਵਿਸ਼ਵਾਸ, ਪ੍ਰੇਮ, ਸ਼ਰਧਾ, ਪਿਆਰ ਕੋਈ ਨਹੀਂ। ਇਹ ਮਿੰਟ 'ਚ ਹੀ ਬਿਲਟ ਜਾਂਦੇ ਆ, ਮਿੰਟ 'ਚ ਹੀ ਬਦਲ ਜਾਂਦੇ ਆ। ਇਸ ਕਰਕੇ ਕਿਸੇ ਦੇ ਭਰੋਸਾ ਨਾ ਰੱਖਿਆ ਜੇ। ਰੱਖ ਹੋ ਨਹਿ ਭਰੋਸ ਕੋ ਤਾਰੀ। ਮਹਾਰਾਜ ਨੇ ਕਿਹਾ ਸੀ ਪੰਡਿਤ ਦਇਆ ਰਾਮ ਨੂੰ, ਦੀਵਾਨ ਆਨੰਦ ਚੰਦ ਨੂੰ, ਵੀ ਇਹਨਾਂ ਪਹਾੜੀਆਂ ਦਾ ਭਰੋਸਾ ਨਾ ਕਰਿਆ ਜੇ। ਹੈ ਬਖੇੜਾ ਇਨਕੇ ਸੰਗਾ, ਇਹਨਾਂ ਨਾਲ ਸਾਡਾ ਬਖੇੜਾ ਹੈ, ਤੇ ਜਿਹਨਾਂ ਨਾਲ ਵਿਗੜੀ ਹੋਵੇ ਨਾ ਉਹ ਕਦੀ ਵੀ ਦਾਲ ਆ ਜਾਂਦੇ ਆ, ਤੇ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਅਸ ਨਾ ਹੋਏ ਪਰ ਜੈ ਹੈ ਸੰਗਾ ਜੰਗਾ, ਇਹ ਨਾ ਹੋਵੇ ਕਿ ਇੱਥੇ ਜੰਗ ਪੈ ਜਾਵੇ, ਲੜਾਈ ਹੋ ਜਾਵੇ। ਸੋ ਸਾਧ ਸੰਗਤ ਜੀ, ਪੰਡਿਤ ਦਇਆ ਰਾਮ ਜੀ ਔਰ ਸਾਰੇ ਸਿੱਖਾਂ ਨੇ ਵਿਚਾਰ ਕੀਤੀ, ਉਹ ਫਿਰ ਕਿਸ ਤਰ੍ਹਾਂ ਇੱਥੋਂ ਚਾਲਾ ਪਾਉਣਗੇ, ਕਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਦੇ ਕੋਲ ਆਉਣਗੇ। ਇਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ, ਹੇ ਸਮਰਾਥ ਅਗੰਮ ਪੂਰਨ ਮੋਹਿ।